ਲਓ ਜੀ, ਬਕਰ ਬਾਦਸ਼ਾਹ ਜੀ ਪਹੁੰਚ ਗਏ ਨੇ ਸਟੋਕਟਨ ਦੇ ਵਿੱਚ, ਐਂਡ ਦਿਸ ਇਜ਼ ਦਾ ਟਾਇਰ ਐਂਡ ਵੀਲ। ਬਿਲਕੁਲ ਜੀ ਬਿਲਕੁਲ, ਇੱਥੇ ਹੀ ਆਉਣਾ ਸੀ ਮੈਂ, ਇੱਥੇ ਹੀ ਆ ਗਿਆ। ਲਓ ਜੀ, ਹਥਿਆਰ ਤੋਂ ਬਿਨਾਂ ਬਿਕਰ ਬਾਦਸ਼ਾਹ ਕਾਹਦਾ। ਲਓ ਜੀ, ਟਾਇਰ ਐਂਡ ਵੀਲ ਵਾਲਿਆਂ ਦੇ ਚੱਲਦੇ ਹਾਂ। ਹਾਂਜੀ, ਕਮਾਲ ਦੀ ਗੱਲ ਹੈ, ਐਡਾ ਵੱਡਾ ਬੋਰਡ ਲਾਇਆ, ਦਰਵਾਜ਼ਾ ਲਾਉਣਾ ਹੀ ਭੁੱਲ ਗਏ। ਮੈਨੂੰ ਲੱਗਦਾ ਮੇਰਾ ਜਨਾਬ ਨੂੰ ਫੋਨ ਕਰਕੇ ਦੱਸ ਦਈਏ ਵੀ ਜੀ। ਜਨਾਬ, ਜੈ ਹਿੰਦ ਜੀ, ਦਿਸ ਇਜ਼ ਦਾ ਬਿਕਰ ਬਾਦਸ਼ਾਹ ਐਂਡ ਦਾ ਗੁੱਡ ਨਾਈਟ ਸੀ ਯੂ ਟੁਮਾਰੋ। ਮੈਂ ਜਨਾਬ, ਤੁਸੀਂ ਮੈਨੂੰ ਕਿਹਾ ਸੀ ਵੀ ਟਾਇਰ ਐਂਡ ਵੀਲੇ ਵਾਲਿਆਂ ਦੇ ਜਾਣਾ, ਜੈ ਗਿੱਲ ਜਿਹੜਾ ਹੈਗਾ ਇੱਥੇ ਬੰਦਾ, ਅਤੇ ਉਹ ਦਰਵਾਜ਼ਾ ਲਾਇਆ ਹੀ ਨਹੀਂ ਜੀ, ਉਹਨਾਂ ਨੇ ਬੋਰਡ ਲਾਇਆ ਹੋਇਆ ਇਕੱਲਾ। ਉਹ ਸੱਚ? ਹਾਂਜੀ, ਉਹ ਸੋਰੀ ਸੋਰੀ ਜਨਾਬ, ਮੈਂ ਭੁੱਲ ਗਿਆ। ਹਾਂ, ਆ ਫੋਨ ਕਰ ਸਕਦਾ ਜੀ, ਫੋਨ ਕਰਕੇ ਬੰਦਾ ਪਤਾ ਕਰ ਸਕਦਾ। ਨਹੀਂ, ਫਿਰ ਕਦੇ ਕਦੇ ਇੱਦਾਂ ਹੋ ਜਾਂਦਾ ਜੀ, ਮੈਂ ਨਾ ਜੀ ਅੱਜ ਕੇਲੇ 'ਚ ਨਾਸ਼ਤਾ ਖਾ ਲਿਆ ਸੀ, ਤਾਂ ਕਰਕੇ ਅੱਜ ਜ਼ਬਾਨ ਜਿਹੜੀ ਹੈ ਮੇਰੀ ਗੋਤਾ ਖਾ ਰਹੀ ਆ। ਹਾਂਜੀ, ਮੈਂ ਫੋਨ ਕਰਦਾ ਜੀ ਉਹਨੂੰ, ਜੈ ਗਿੱਲ ਨੂੰ। ਹਾਂਜੀ, ਠੀਕ ਵਾ ਜੀ, ਠੀਕ ਵਾ। ਹਾਂਜੀ, ਜੈ ਗਿੱਲ ਸਾਹਿਬ। ਅੱਛਾ ਜੀ, ਅਸੀਂ ਹੁਣ ਕੌਣ ਹੋ ਗਏ? ਹਾਂਜੀ, ਦਿਸ ਇਜ਼ ਦਾ ਜਨਾਬ ਜੈ ਹਿੰਦ, ਜੈ ਹਿੰਦ ਕਹਿਤਾ ਜੈ ਗਿੱਲ ਸਾਹਿਬ ਜੀ, ਦਿਸ ਇਜ਼ ਦਾ ਬਿਕਰ ਬਾਦਸ਼ਾਹ ਉਹਦਾ ਪੰਜਾਬ ਪੁਲਿਸ ਐਂਡ ਦਾ ਇੰਡੀਆ ਐਂਡ ਦਾ ਬਠਿੰਡਾ। ਹਾਂ, ਮੈਂ ਜਨਾਬ, ਮੈਂ ਤੁਹਾਡੇ ਪਹੁੰਚ ਗਿਆ ਸੀ ਇੱਥੇ, ਟਾਇਰ ਐਂਡ ਵੀਲ ਦਾ ਬੋਰਡ ਲੱਗਿਆ ਬੜਾ ਵੱਡਾ ਸੜਕ 'ਤੇ। ਹਾਂਜੀ, I-5 ਤੋਂ ਮੈਂ ਫਿਰ ਜਿਹੜੀ 4 East ਲੈ ਕੇ ਥੱਲੇ ਨੂੰ ਆ ਕੇ ਅਤੇ ਪੁਲ ਦੇ ਥੱਲਿਓਂ ਦੀ ਮੈਂ ਪਹੁੰਚ ਗਿਆ ਇੱਥੇ। ਅੱਛਾ 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 ਅੱਛਾ, ਇਹ ਬਾਹਰ ਉਹਦਾ ਬੋਰਡ ਲਾਇਆ। ਠੀਕ ਹੈ ਠੀਕ ਹੈ, ਅਤੇ ਕਿੱਧਰੋਂ ਅੰਦਰੋਂ ਗਲੀ 'ਚ ਆਉਣਾ ਪੈਣਾ? ਲਓ, ਅੰਦਰ ਆ ਗਏ ਜਨਾਬ। ਚਲੋ, ਚਾਹ 'ਚੋਂ ਧਰੋ, ਮੈਂ ਆਇਆ। ਅੱਛਾ, ਅੰਦਰ ਜਾਣਾ ਪੈਣਾ। ਲਓ ਜੀ, ਡਾਂਗ ਸਾਹਿਬ, ਤੁਸੀਂ ਇੱਥੇ ਰੁਕੋ ਥੋੜ੍ਹੀ ਦੇਰ, ਅਤੇ I-5 ਦਾ ਅੰਦਰ। ਲਓ ਜੀ, ਬਿਕਰ ਬਾਦਸ਼ਾਹ ਜੀ, ਬੜਾ ਵੈਸੇ ਖੁੱਲ੍ਹਾ ਏਰੀਆ, ਜਮਾਂ ਪਿੰਡਾਂ ਵਾਲਾ ਮਾਹੌਲ ਹੈ। ਲਓ ਜੀ, ਇਹ ਵੀ ਕਰ ਲਈ, ਇਹ ਵੀ ਕਰ ਲਈ, ਕਮਾਲ ਹੋ ਗਈ। ਚੱਲ ਬਈ ਬਿਕਰਾ, ਲੱਗ ਜਾ ਡਿਊਟੀ 'ਤੇ। ਲਓ ਜੀ, ਇੱਥੋਂ ਐਂਟਰ ਕਰ ਜਾਂਦੇ ਹਾਂ, ਦੇਖਦੇ ਕੀ ਮਾਹੌਲ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹ ਜੀ ਵਾਹ, ਬੜੀ ਵਧੀਆ ਪੰਜਾਬੀ ਬੋਲਦੇ, ਕੀ ਨਾਂ ਤੁਹਾਡਾ? ਮੇਰਾ ਸ਼ੇਰਗਲ ਜੀ। ਸ਼ੇਰ, ਇਕੱਲਾ ਸ਼ੇਰਗਲ ਕਿ ਮੂਹਰੇ ਵੀ ਨਾਂ ਲੱਗਦਾ ਕੋਈ? ਮੂਹਰੇ ਵੀ ਮੱਖਣ ਸਿੰਘ ਸ਼ੇਰਗਲ। ਮੱਖਣ ਸਿੰਘ ਲੈ, ਤਾਂ ਹੀ ਮੱਖਣ ਵਰਗਾ ਪਿਆ ਬਾਈ ਜਮਾਂ। ਐਨ ਮੈਂ ਕਹਿੰਦਾ, ਇਹ ਮੈਂ ਆਇਆ ਸੀ ਇੱਥੇ ਜੈ ਗਿੱਲ ਨੂੰ ਮਿਲਣਾ। ਅੱਛਾ ਜੀ। ਅਤੇ ਪੈਰਾਂ ਦਾ ਮੈਂ ਕੰਮ ਸਿੱਖਣਾ ਚਾਹੁੰਦਾ ਜੀ। ਸਿਖਾਉਂਦੇ ਆ ਜੀ, ਕਿਉਂਕਿ ਪੁਲਿਸ ਦੀ ਨੌਜਵਾਨ 'ਚ ਹੁਣ ਕੁਛ ਨਹੀਂ ਰੱਖਿਆ, ਪੈਸੇ ਦਿੰਦੇ ਨਹੀਂ ਲੋਕ। ਸਿਖਾਉਂਦੇ ਜੀ, ਜ਼ਰੂਰ ਸਿਖਾਉਂਦੇ। ਠੀਕ ਹੈ ਜੀ, ਚਲੋ ਮੈਨੂੰ ਦੱਸੋ ਕਿੱਦਾਂ ਕਰਨਾ ਇਹਨੂੰ, ਮੈਨੂੰ ਫੜਾਓ ਜਰਾ। ਇਹ ਭਾਰਾ ਹੀ ਬੜਾ, ਇਹਨੂੰ ਕਿੱਦਾਂ ਚੱਕਦੇ ਤੁਸੀਂ? ਬਸ ਇੱਥੇ ਚੱਕਣ ਦਾ, ਇੱਥੇ ਉੱਤੇ ਚੱਕਦਾ ਮੈਂ ਜਾਂਦਾ। ਲਓ ਜੀ, ਆਹ ਫੜੋ ਜਰਾ। ਲਓ ਜੀ, ਹੋ ਗਿਆ। ਬਾਊ ਜੀ, ਕੱਢੋ 20 ਰੁਪਏ। ਹੈਲੋ, ਮੈਂ ਸਮਝਿਆ ਕਿਤੇ ਕੁੜੀ ਟਾਇਰ ਫਿੱਟ ਕਰੀ ਜਾਂਦੀ ਆ, ਬੰਦਾ ਹੀ। ਅੱਛਾ, ਗੁੱਤ ਕੀਤੀ ਹੋਈ ਆ। ਗੁੱਡ ਗੁੱਡ ਗੁੱਡ। ਅੱਛਾ, ਇੱਥੇ ਕਾਹਦਾ ਕਾਹਦਾ ਕੰਮ ਹੈਗਾ? ਕੀ ਟਾਇਰ ਕਿਹੜੇ ਕਿਹੜੇ ਆ ਇੱਥੇ ਜੀ? ਸਾਰੇ ਟਾਇਰ ਆ, ਛੋਟੇ ਤੋਂ ਲੈ ਕੇ ਸਾਰੇ ਵੱਡੇ ਤੱਕ। ਸਾਰੇ ਵੱਡੇ ਟਾਇਰ ਪੂਰੇ? ਮੈਂ ਕਿਹਾ ਬਜਾ ਬਜਾ ਕਰਾਈ ਪਈ ਆ। ਹੋਰ ਜੀ। ਹਾਂਜੀ ਸਰ, ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਆਜ਼ਾਦ ਹੈਗਾ ਜੀ। ਆਜ਼ਾਦ ਸਾਹਿਬ, ਮੈਨੂੰ ਇਧਰਲੇ ਪਾਸੇ ਆਉਣ ਦਿਓ, ਤੁਸੀਂ ਇੱਧਰ ਵਾ। ਹਾਂਜੀ, ਆਜ਼ਾਦ ਸਾਹਿਬ ਪਾਕਿਸਤਾਨ ਤੋਂ ਜੀ? ਪਾਕਿਸਤਾਨ ਤੋਂ ਹੈਗਾ ਸਰ ਜੀ। ਪਾਕਿਸਤਾਨ ਦੀ ਪੁਲਿਸ ਨੂੰ ਕਦੇ ਪੈਸੇ ਦਿੱਤੇ? ਨਾ ਸਰ ਜੀ, ਦਿੱਤੇ ਨਹੀਂ। ਲੈਂਦੀ ਨਹੀਂ ਪੁਲਿਸ ਪੈਸੇ ਪਾਕਿਸਤਾਨ 'ਚ? ਲੈਂਦੀ ਹੈਗੀ ਆ, ਪਰ ਹੁਣ ਜਿਹੜਾ ਸਾਡਾ ਲੀਡਰ ਆਇਆ, ਹੁਣ ਨਹੀਂ ਦੇ ਸਕਦੀ ਆ। ਹਾਂਜੀ, ਹੁਣ ਲੀਡਰ ਵਧੀਆ ਤੁਹਾਡਾ? ਵਾਹ ਵਾਹ ਸਰ ਜੀ, ਇਮਰਾਨ ਖਾਨ ਸਾਹਿਬ ਜ਼ਿੰਦਾਬਾਦ। ਹਾਂਜੀ, ਉਹਨੇ ਦੇਖੋ ਜੀ ਸਾਡੇ ਕਿੰਨਾ ਵਧੀਆ ਕੰਮ ਕੀਤਾ, ਉਹ ਲਾਂਘਾ ਖੋਲਿਆ ਕਰਤਾਰਪੁਰ ਸਾਹਿਬ ਦਾ। ਬਿਲਕੁਲ, 72 ਸਾਲਾਂ ਬਾਅਦ ਖੋਲਿਆ। ਹਾਂ, ਬੰਦਾ ਚੰਗਾ ਉਹਦਾ ਜੀ, ਬੰਦਾ ਚੰਗਾ, ਸਿੱਧੂ ਵੀ ਚੰਗਾ ਹੈਗਾ। ਹਾਂ ਹਾਂ, ਸਿੱਧੂ ਕੀ? ਤੇ ਤੁਹਾਡਾ ਕਿਹੜਾ ਏਰੀਆ ਪਾਕਿਸਤਾਨ ਤੋਂ? ਪੰਜਾਬ ਤੋਂ ਹੈਗਾ ਜੀ। ਪੰਜਾਬ ਦਾ ਕਿਹੜਾ? ਪੰਜੇ ਸਾਹਿਬ ਹੈਗਾ ਨਾ। ਹਾਂ, ਵਾਹ ਜੀ ਵਾਹ, ਵਾਹ ਜੀ ਵਾਹ, ਬੜੀ ਪਵਿੱਤਰ ਧਰਤੀ ਤੋਂ ਤੁਸੀਂ ਹੈਗੇ ਹੋ। ਹਾਂ ਹਾਂ, ਜ਼ਿੰਦਾਬਾਦ। ਮੈਂ ਕਿਹਾ ਜੀ, ਇੱਥੇ ਕਿੰਨੀ ਦੇਰ ਹੋ ਗਈ ਫਿਰ ਆਪਣੇ? ਇੱਧਰ ਹੈਗੇ ਆ ਤਕਰੀਬਨ 15-16 ਸਾਲ ਹੋ ਗਏ। 15-16 ਸਾਲ, ਵਧੀਆ ਲੱਗਦਾ ਇੱਥੇ? ਬਹੁਤ ਵਧੀਆ। ਅਤੇ ਪਾਕਿਸਤਾਨ ਪੁਲਿਸ ਨੂੰ ਕਦੇ ਪੈਸੇ ਨਹੀਂ ਦਿੱਤੇ? ਹੁਣ ਨਹੀਂ ਦਿੱਤੇ ਹੈਗੇ, ਪਹਿਲੇ ਦਿੰਦੇ ਸੀ। ਚਲੋ, ਪੰਜਾਬ ਪੁਲਿਸ ਨੂੰ ਦੇ ਕੇ ਦੇਖ ਲਓ ਕਿੱਦਾਂ ਲੱਗਦਾ ਪੈਸਾ। ਫੀਲਿੰਗ ਤਾਂ ਪਤਾ ਹੋਣੀ ਚਾਹੀਦੀ ਨਾ ਜੀ, ਪੈਸੇ ਦਿੰਦੇ ਕਿੱਦਾਂ ਲੱਗਦੇ ਆ। ਬਿਲਕੁਲ, ਕੋਈ ਗਿਫਟ ਦੇਣਾ ਹੋਵੇ ਦੱਸ ਦਿਓ। ਠੀਕ ਹੈ ਜੀ, ਨੋ ਪ੍ਰੋਬਲਮ, ਓਕੇ, ਥੈਂਕ ਯੂ, ਥੈਂਕ ਯੂ। ਆਹ ਕੀ ਆ ਬਈ? ਉਹ ਬੋਲੇ 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 ਜੈਕ ਆ ਵੀ, ਜੈਕ ਇਹ ਕਿੰਨੇ ਵਧੀਆ ਜੈਕ ਆ, ਇੰਡੀਆ ਪੁਲਿਸ ਦੀ ਜੈਪਸੀ ਦਾ ਜੈਕ ਜਿਹੜਾ ਕਦੇ ਡਿੱਗੀ 'ਚ ਰੱਖਿਆ ਹੀ ਨਹੀਂ ਸੀ।
ਟਾਇਰ ਪੈਂਚਰ ਹੋਇਆ ਹੀ ਰਹਿੰਦਾ, ਕਿਤੇ ਸੱਜਾ ਹੋ ਗਿਆ, ਕਿਤੇ ਖੱਬਾ ਹੋ ਗਿਆ। ਵੈਸੇ ਜੈੱਕ ਕਮਾਲ ਹੈ, ਇੱਕ ਜੈੱਕ ਉਹ ਵੀ ਹੁੰਦਾ ਇੰਡੀਆ ਦੇ ਵਿੱਚ, ਜਿਹਦੇ ਕੋਲ ਜੈੱਕ ਹੋਵੇ ਉਹਦੇ ਕੋਲ ਚੈੱਕ ਵੀ ਬੜੇ ਆਉਂਦੇ ਆ। ਚਲੋ ਖੈਰ ਕੋਈ ਗੱਲ ਨਹੀਂ, ਉਸ ਜੈੱਕ ਨਾਲ ਆਪਾਂ ਕੀ ਕਰਨਾ, ਲੱਭੀਏ ਜੈ ਗਿੱਲ ਸਾਹਿਬ ਨੂੰ। ਬੋਲੇ 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 ਵੀ ਬੜਾ ਵੱਡਾ ਜਗਾੜ ਜਿਹਾ ਹੈਗਾ ਵੀ, ਉਹ ਤੱਕ ਸ਼ੈੱਡ ਹੀ ਸ਼ੈੱਡ ਹੈ, ਟਾਇਰ ਹੀ ਟਾਇਰ ਹੈ, ਟਾਇਰ ਦੇ ਥੱਲੇ ਟਾਇਰ, ਟਾਇਰ ਦੇ ਉੱਪਰ ਟਾਇਰ, ਹੇਠਾਂ ਟਾਇਰ, ਸੱਜੇ ਟਾਇਰ, ਖੱਬੇ ਟਾਇਰ, ਟਾਇਰ ਹੀ ਟਾਇਰ ਹੈ ਜੀ। ਚਲੋ ਕੋਈ ਗੱਲ ਨਹੀਂ, ਦੇਖੋ ਕਿੰਨੇ ਵਧੀਆ ਟਾਇਰ ਨੇ। ਹੈਲੋ ਹੈਲੋ ਸਰ, ਸੇਮ ਹੇਅਰ। ਵੈਸੇ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਪੁਲਿਸ ਨੂੰ ਕਹਿੰਦੇ ਨਾਈਸ ਟੂ ਮੀਟ ਯੂ, ਯੂ ਟੈਲ ਮੀ ਨਾਈਸ ਟੂ ਮੀਟ ਯੂ, ਨਾਈਸ ਟੂ ਮੀਟ ਯੂ ਆਲਸੋ, ਨਾਈਸ ਟੂ ਮੀਟ ਯੂ ਗਾਇਸ। ਐਂਡ ਵਿੱਚ ਗੱਡੀ ਚ ਕਾਰ ਦੇ ਟਾਇਰ ਦਿਸ ਵਨ? ਓ ਦਿਸ ਰੇਡਰ ਟਾਇਰ, ਰੀਲੀ ਗੁੱਡ ਸਿਲੈਕਸ਼ਨ ਟਾਇਰ, ਗੁੱਡ ਸਿਲੈਕਸ਼ਨ, ਗੁੱਡ ਪ੍ਰਾਈਸ। ਓ ਗੁੱਡ ਪ੍ਰਾਈਸ, ਗੁੱਡ ਪ੍ਰਾਈਸ। ਐਂਡ ਵਿੱਚ ਕੰਪਨੀ ਯੂ ਹੈਵ ਹੇਅਰ? ਵੀ ਗਾਟ ਡਿਫਰੈਂਟ ਸਿਲੈਕਸ਼ਨ, ਮਿਚਲੀ, ਹਾਂ, ਰੇਡਰ, ਜੇਕੇ ਟਾਇਰ, ਐਨੀ ਅਦਰ ਸਿਲੈਕਸ਼ਨ ਟਾਇਰ ਵੀ ਹੈਵ ਹੇਅਰ ਟਾਇਰ ਵੀ ਆਲ ਨਾਈਸ। Any question, any question, you come, you call. ਠੀਕ ਹੈ, ask for Rocky. ਠੀਕ ਹੈ, ਰਿਕਸ਼ੇ ਦੇ ਟਾਇਰ ਹੈਗੇ? Yeah. You have rickshaw tire also? Yeah. Yes, good, tires. Good. We got Thank a you. Lot of truck tires. Thank you. This truck is your, this is your fashion. Can I see this? What happened? Pony, pony is your, yeah. This is very tradition. Nice. Very looking, very nice. Very nice. Very nice. Thank you. Nice. Haan ji. You guys have? Haan ji, sir ji. ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਜੀ। ਤੁਸੀਂ ਚਾਚਾ? ਤੁਸੀਂ ਚਾਚਾ ਜੀ ਕੋਤਾਇਆ ਜੀ? ਚਾਚਾ। ਅੱਛਾ, ਚਾਚਾ ਲਿਖਿਆ ਵੀ ਚਾਚਾ ਹੋਇਆ? ਹਾਂਜੀ। ਇਹ ਚਾਚੇ ਦਾ ਕੀ ਰਾਜ ਹੈ ਜੀ? ਚਾਚੇ ਦਾ ਜੂਸ ਟਾਇਰ, ਨਿਊ ਟਾਇਰ, ਵਿਦ ਰਸਰੋਨ, ਫਾਸਟ ਟੋਨ, ਗੁਡੀਅਰ, ਲਾਰਾ ਸੇਲ ਹੈ ਨਹੀਂ ਚਾਚਾ। ਲਾ ਆਲ ਐਵਰੀਬਾਡੀ ਸੇ ਜੀ ਚਾਚਾ। ਨਹੀਂ ਚਾਚਾ ਕਿਉਂ ਕਹਿੰਦੇ ਤੁਹਾਨੂੰ? ਐਵਰੀਬਾਡੀ ਇਸ ਹੇਅਰ ਕਸਟਮ ਹੇਅਰ ਇਸ ਚਾਚਾ, ਚਾਚਾ ਗੁੱਡ ਫ੍ਰਾਈਸ। ਅੱਛਾ, ਗੁੱਡ ਫਰੋਮ ਵੇਅਰ ਯੂ ਆਰ ਫਰੋਮ? ਫਰੋਮ ਵੇਅਰ? ਇੰਡੀਆ? ਪਾਕਿਸਤਾਨ। ਪਾਕਿਸਤਾਨ ਤੋਂ? ਫਿਰ ਪੰਜਾਬੀ ਬੋਲਦੇ ਹੋਣੇ, ਹਿੰਦੀ ਪੰਜਾਬੀ ਬੋਲਦੇ ਮੈਂ ਪੱਕ। ਬੜੀ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ। ਇਹ ਹੱਥ ਤੁਹਾਡੇ ਕਾਲੇ ਕੁਛ ਦਸਤਾਨੇ ਪਾਏ ਆ, ਮੈਂ ਕਿਹਾ ਕਿਤੇ ਹੱਥਾਂ ਨੂੰ ਰੰਗ ਕਰਾਇਆ, ਲੈਮੀਨੇਟ ਕਰਾਏ ਹੋਏ ਕਿਤੇ। ਚਲੋ, ਕਿਹੜਾ ਏਰੀਆ ਪਾਕਿਸਤਾਨ ਤੋਂ? ਪਾਕਿਸਤਾਨ, ਲਾਹੌਰ। ਅੱਛਾ ਜੀ, ਬਹੁਤ ਵਧੀਆ ਜੀ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਤੇ ਜੈ ਗਿੱਲ ਸਾਹਿਬ ਨੂੰ ਮਿਲਣਾ, ਬੰਦਾ ਠੀਕ ਹੈ ਉਹ? ਹਾਂ, ਬੰਦਾ ਸਹੀ। ਪੁਲਿਸ ਨੂੰ ਪੈਸਾ ਦੇ ਦੇਗਾ? ਪੁਲਿਸ ਨੂੰ ਪੈਸਾ ਕਾਹਦੇ ਦੇਣੇ? ਨਹੀਂ, ਵੈਸੇ ਚਾਹ ਪਾਣੀ ਪੁਲਿਸ ਨੂੰ ਪੈਸਾ ਨਹੀਂ ਦਿੰਦਾ। ਅੱਛਾ, ਫੇਰ ਪੁਲਿਸ ਦੇ ਖਿਲਾਫ ਆ, ਰਿਸ਼ਵਤ ਲੈਣ ਵਾਲਿਆਂ ਦੇ ਖਿਲਾਫ ਆ। ਫੇਰ ਠੀਕ ਹੈ, ਫੇਰ ਠੀਕ ਹੈ। ਮੈਨੂੰ ਰਿਸ਼ਵਤ ਨਹੀਂ ਮਿਲਦਾ ਜੀ, ਨਾ ਜਮਾ ਨਹੀਂ ਰਿਸ਼ਵਤ ਲੈਂਦਾ। ਪਾਕਿਸਤਾਨ ਦੇ, ਪੰਜਾਬ ਪੁਲਿਸ ਲੈਂਦੀ ਹੈ ਪਾਕਿਸਤਾਨ ਦੀ? ਬਾਬਾ ਮੈਂ ਵੀ ਨਹੀਂ ਦਿੰਦਾ ਜੀ। ਇਮਰਾਨ ਖਾਨ ਬਹੁਤ ਗੁੱਡ ਬੰਦਾ। ਹਾਂ, ਮੈਂ ਵੀ ਨਹੀਂ ਪੈਸੇ ਲੈਂਦਾ ਜੀ, ਅੱਜ ਤੋਂ ਫਿਕਰ ਨਾ ਕਰੋ। ਅੱਗੇ ਮੋਬਾਈਲ ਦੇ ਦਿਓ ਤੁਸੀਂ। ਲਵੇ ਇੱਧਰਲੇ ਪਾਸੇ ਦੇਖਦੇ, ਮੇਲਾ ਤਾਂ ਇੱਧਰ ਦਫ਼ਤਰ ਹੋਣਾ। ਆਹ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਨਹੀਂ ਆਏ। ਇੱਧਰ ਵੀ ਟਾਇਰ ਹੀ ਆ। ਉਹ ਅੱਛਾ ਅੱਛਾ ਅੱਛਾ, ਉੱਧਰ ਵੱਡੇ ਟਾਇਰ, ਇੱਧਰ ਛੋਟੇ ਟਾਇਰ, ਯਾਨੀ ਕਿ ਟਾਇਰਾਂ ਦੇ ਬੱਚੇ ਇੱਧਰ। ਇਹੀ ਟਾਇਰ ਫਿਰ ਵੱਡੇ ਹੋ ਕੇ ਟਰੱਕਾਂ ਦੇ ਬਣ ਜਾਂਦੇ ਆ, ਇਹੀ ਵੱਡੇ ਹੋ ਕੇ ਬੱਸਾਂ ਦੇ ਟਾਇਰ ਬਣ ਜਾਂਦੇ ਆ। ਉਹ ਨਹੀਂ, ਸੋਰੀ ਸੋਰੀ, ਇਹ ਗੱਡੀਆਂ ਦੇ ਟਾਇਰ ਆ ਜੀ, ਜਿਹੜੀਆਂ ਫੋਰ ਚਾਰ, ਵੈਸੇ ਤਾਂ ਸਾਰੇ ਹੀ ਚਾਰ ਟਾਇਰਾਂ ਵਾਲੇ ਹੁੰਦੀ ਹੈ। ਇਹ ਕਾਰਾਂ ਕੂਰਾਂ ਦੇ ਕਾਰ ਜਿਹੜੇ ਟਾਇਰ ਸਾਰੇ ਇੱਥੇ ਹੀ ਰੱਖੇ ਹੋਏ ਇਹਨਾਂ ਨੇ। ਵਾਹ ਜੀ ਵਾਹ, ਬਹਿਜਾ ਬਹਿਜਾ ਕਰਾਈ ਪਈ ਮੈਂ ਕਹਿੰਦਾ। ਬੋਲੇ 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 ਵੀ, ਰਿਮਾਂ ਦੀ ਵਰਾਇਟੀ ਬੜੀ ਆ, ਵੇਖਾ ਹੌਲੀ ਆ। ਚਲੋ ਬਾਅਦ ਦੇ ਵੀ ਦੇਖਦੇ ਹਾਂ ਕਿਹੜਾ ਭਾਰਾ ਕਿਹੜਾ ਹੌਲਾ, ਕਿੰਨੇ ਕੁ ਚੱਕ ਹੁੰਦੇ ਆ, ਪਤਾ ਨਹੀਂ ਨਾ ਕਿਹੜਾ ਕਿਹੜੀ ਗੱਡੀ ਦਾ। ਚਲੋ ਪਹਿਲਾਂ ਜੈ ਗਿੱਲ ਸਾਹਿਬ ਨੂੰ ਲੱਭੀਏ। ਆਹ ਹੀ ਆ ਜੀ, ਲਿਖਿਆ ਸਟੋਰ ਆਵਰਜ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਸਰ ਤੁਹਾਨੂੰ ਬਾਹਰ ਲੱਭੀ ਜਾਂਦਾ ਜੈ ਗਿੱਲ ਸਾਹਿਬ, ਤਾਂ ਤੁਸੀਂ ਇੱਥੇ ਬੈਠੇ ਹਾਂ ਜੀ ਅੰਦਰ। ਨਹੀਂ, ਮੈਨੂੰ ਇਹ ਲੱਗਿਆ ਵੀ ਤੁਸੀਂ ਕਿਤੇ ਸ਼ੀਸ਼ੇ ਵੇਚਦੀ ਜਾਂ ਕੈਮਰਿਆਂ ਵੇਚਦੀ ਦੇਖ ਕੇ ਪੁਲਿਸ ਵਾਲੇ ਨੂੰ ਕਿਤੇ ਆਸੇ ਪਾਸੇ ਨਾ ਹੋ ਗਏ ਹੋ। ਪਰ ਉਹ ਕਹਿੰਦੇ ਬੰਦੇ ਬਹੁਤ ਚੰਗੇ ਪਾਸੇ ਇੱਦਾਂ ਨਹੀਂ ਹੁੰਦੇ ਆਸੇ ਪਾਸੇ, ਵਾਰੰਟ ਕੋਈ ਨਹੀਂ ਹੈਗਾ ਆਪਣੇ ਕੋਲ। ਅਤੇ ਅੱਛਾ, ਆਪਾਂ ਗੱਲ ਇੱਦਾਂ ਵੀ, ਆਪਾਂ ਮੈਂ ਆਇਆ ਸੀ ਅੱਜ ਇੱਥੇ, ਮੇਰੇ ਸਾਹਮਣੇ ਲਾਈ ਡਿਊਟੀ। ਹਾਂਜੀ, ਇੱਕ ਤਾਂ ਸਾਹਿਬ ਕਹਿੰਦਾ ਵੀ ਕੰਮ ਸਾਰੇ ਸਿੱਖਣੇ ਚਾਹੀਦੇ ਆ। ਠੀਕ ਹੈ ਜੀ। ਮੈਨੂੰ ਕਹਿੰਦਾ ਵੀ ਟਾਇਰਾਂ ਦਾ ਕੰਮ ਸਿੱਖ ਕੇ ਆ। ਠੀਕ ਹੈ ਜੀ, ਮੈਂ ਇੱਕ ਤਾਂ ਮੈਨੂੰ ਕੰਮ ਸਿਖਾਉਣਾ ਤੁਸੀਂ। ਆ ਜਾਓ ਆ ਜਾਓ। ਅਤੇ ਇੱਕ ਆਪਣੇ ਕੋਲ ਰਿਕਸ਼ੇ ਦੇ ਟਾਇਰ ਹੈਗੇ? ਰਿਕਸ਼ੇ ਦੇ? ਨਹੀਂ, ਰਿਕਸ਼ੇ ਦੇ ਹੈ ਨਹੀਂ ਭਾਅ ਜੀ, ਹੁਣ ਕਾਰਾਂ ਦੇ ਆ। ਕਾਰਾਂ ਦੇ ਹੈਗੇ? ਨਹੀਂ, ਇੱਕ ਮੈਂ ਘੜੂਕਾ ਲਿਆ ਸੀ ਇੰਡੀਆ ਤੋਂ, ਟੈਂਪੂ ਹੈਗਾ ਉੱਥੇ ਖੜਾ ਉੱਧਰ, ਅਤੇ ਉਹਦੇ ਲੈ, ਉਹ ਵੀ ਭਰ ਦੇਵਾਂਗੇ, ਉਹਦੇ ਭਰ ਦਿੰਦੇ। ਤਾਂ ਆਓ ਜੀ, ਬਿਮਾਰੀਏ ਕਿਹੜਾ ਬਾਹਰ ਜਰਾ। ਹਾਂਜੀ ਜੈ ਗਿੱਲ ਭਾਅ ਜੀ, ਪਹਿਲਾਂ ਤਾਂ ਤੁਹਾਡੇ ਨਾਂ ਦਾ ਜੇ ਗਿੱਲ ਆ ਕਿ ਜੈ ਗਿੱਲ ਹੈ? ਨਹੀਂ ਜੀ, ਜੇ ਗਿੱਲ ਹੈ, ਉਹਦਾ ਕਰਮਜੀਤ ਸ਼ੇਰ ਗਿੱਲ ਆ, ਪਰ ਕਰਮਜੀਤ ਸ਼ੇਰ ਗਿੱਲ, ਲੈ ਲੈ ਲੈ, ਇੱਧਰ ਫਿਰ ਗੋਰਿਆਂ ਕਰਕੇ ਜੇ ਗਿੱਲ ਰੱਖ ਲਿਆ ਜੀ। ਹਾਂਜੀ, ਉਹ ਫਿਰ ਕਹਿੰਦੇ ਨਹੀਂ ਹੈਗੇ ਸਹੀ ਤਰੀਕੇ ਨਾਲ। ਅੱਛਾ ਅੱਛਾ, ਆਹ ਰਿਮ ਮੈਂ ਕਹਿੰਦਾ ਇੰਨੇ ਸੋਹਣੇ ਰਿਮ, ਇੰਨੇ ਰਿਮ, ਇੰਨੀ ਵਰਾਇਟੀ,
ਇਹ ਮਤਲਬ ਕਿ ਲੋਕਾਂ ਨੂੰ ਸ਼ੌਕ ਹੈਗਾ ਇੱਧਰ ਜਿਵੇਂ ਇੰਡੀਆ 'ਚ ਅਲਾਈ ਵੀਲ ਦਾ ਸ਼ੌਕ ਹੁੰਦਾ? ਨਹੀਂ ਇੱਧਰ ਤਾਂ ਜ਼ਿਆਦਾ ਆ ਭਾਅ ਜੀ। ਅੱਛਾ ਤਾਂ ਉਦੋਂ ਜ਼ਿਆਦਾ? ਹਾਂਜੀ ਹੁਣ ਤਾਂ ਇੰਡੀਆ 'ਚ ਵੀ ਬਥੇਰਾ ਹੋ ਗਿਆ, ਪਰ ਇੱਥੇ ਹੁਣ ਤਾਂ ਇਹ ਤੋਂ ਬਹੁਤ ਚੱਲਦੇ ਹੋਣੀ 20 ਸਾਲ ਦੇ ਕਰਨ ਰਹੇ ਵਾ। ਅੱਛਾ ਜੀ। ਹਾਂਜੀ 20 ਸਾਲ ਦੇ ਰਿਮ ਟਾਇਰ ਕਾਰਾਂ ਦੇ ਟਰੱਕਾਂ ਦੇ। ਇੱਥੇ ਕਾਹਦਾ ਕਾਹਦਾ ਹੈਗਾ ਆਪਣੇ ਟੋਟਲ? ਫਿਰ ਜਿਵੇਂ ਆਹ ਰਿਮ ਮੈਂ ਦੇਖ ਰਿਹਾ, ਟਾਇਰ ਹਰ ਤਰ੍ਹਾਂ ਦੇ ਹੇਠਾਂ ਉੱਤੇ ਟਾਇਰ ਪਏ ਨੇ। ਏ ਟੂ ਜ਼ੀ ਆ ਭਾਅ ਜੀ, ਕਾਰਾਂ ਤੋਂ ਲੈ ਕੇ ਟਰੱਕਾਂ ਤੱਕ, 12 ਇੰਚ ਦੇ ਟਾਇਰ ਤੋਂ ਲੈ ਕੇ 24-5 ਤੱਕ। 12 ਇੰਚ ਦਾ ਕਿਹੜਾ ਹੋਇਆ ਜੀ? 12 ਇੰਚ ਦਾ ਟਾਇਰ ਆਉਂਦਾ ਛੋਟੀ ਕਾਰ ਨੂੰ, ਹੁਣ ਛੋਟੇ ਅਮਰੀਕਾ 'ਚ ਖਤਮ ਹੋ ਗਿਆ, ਇੰਡੀਆ 'ਚ ਹੈਗਾ 12 ਇੰਚ, ਜਿੱਦਾਂ ਮਰੂਤੀ ਦੇ ਹੁੰਦੇ ਸੀਗੇ 155-80 ਦੇ। ਅੱਛਾ, ਅਤੇ ਉਦੋਂ ਥੱਲੇ ਨਹੀਂ, ਥ੍ਰੀ ਵੀਲਰਾਂ ਦੇ ਨਹੀਂ ਹੈ ਨਾ? ਥ੍ਰੀ ਵੀਲਰ ਹੀ ਹੈ ਨਹੀਂ ਇੱਥੇ ਸੱਚ? ਹੈ ਨਹੀਂ ਥ੍ਰੀ। ਹਾਂ ਨਹੀਂ ਨਹੀਂ। ਅੱਛਾ, ਪਹਿਲਾਂ ਫਿਰ ਕਦੋਂ ਸ਼ੁਰੂ ਕੀਤਾ ਇਹ ਕੰਮ? ਇਹ ਅਸੀਂ ਸਟਾਰਟ ਕੀਤਾ ਜੀ 90, ਮੈਂ ਜੁਆਇਨ ਕੀਤੀ ਕੰਪਨੀ 97 'ਚ। 97 'ਚ? ਹਾਂਜੀ। ਤੁਸੀਂ ਓਨ ਕਰਦੇ ਇਹਨੂੰ ਹੁਣ ਤਾਂ ਕਾਫੀ ਦੇਰ ਤੋਂ? ਮੈਂ ਮੈਨੇਜ ਕਰਦਾ ਇਹਨੂੰ। ਅੱਛਾ ਜੀ। ਹਾਂਜੀ। ਅਤੇ ਸਾਰਾ ਮੈਨੇਜ ਬੜਾ ਵਧੀਆ ਕਰਦੇ ਜੀ, ਇੰਨਾ ਕੰਮ ਮੈਨੇਜ ਕਰਨਾ ਕਿਹੜਾ ਸੌਖਾ, ਬਹੁਤ ਵਧੀਆ ਕੰਮ ਸਾਰਾ ਕੀਤਾ ਹੋਇਆ ਤੁਸੀਂ। ਆ ਜਾਓ ਜਰਾ ਇੱਧਰ, ਗੇੜਾ ਮਾਰਦੇ ਹਾਂ। ਹਾਂਜੀ। ਅੱਛਾ ਜੈ ਸਾਹਿਬ, ਟਰੱਕਾਂ ਦੇ ਟਾਇਰ ਸਾਰੇ ਮੈਂ ਦੇਖ ਲਏ ਆ, ਪੂਰੇ ਐਂ ਦੇਖ ਲਏ ਆ, ਅਤੇ ਇਹ ਇੰਨਾ ਫਿਰ ਸਮਾਨ ਆਹ ਜਿਹੜਾ ਵੇਅਰ ਹਾਊਸ, ਕਿੰਨਾ ਬਹੁਤ ਵੱਡਾ ਹੋਣਾ ਇਹ ਜਗਾੜ? ਇਹ ਟੋਟਲ ਜੀ 10,000 ਇੱਧਰਲੇ ਪਾਸੇ ਆ, ਅਤੇ 5,000 ਪਾ ਰਿਹਾ, 15,000 ਸਕੁਏਅਰ ਫੀਟ ਆ। ਉਹ ਜਿੱਧਰ ਬੱਚੇ ਟਾਇਰ ਰੱਖੇ ਆ, ਯਾਨੀ ਕਿ ਗੱਡੀਆਂ ਛੋਟੀਆਂ ਟਾਇਰ ਰੱਖੇ ਜਿਹੜੇ? ਹਾਂ, ਉੱਧਰ ਮੈਂ ਲਾਇਆ ਗੇੜਾ ਉੱਧਰ ਸਾਰੇ। ਉਹ ਠੀਕ ਹੈ, ਠੀਕ। ਮੈਂ ਮਾਰਕ ਕਰ ਰਿਹਾ ਜਿਹੜਾ ਮੈਨੂੰ ਚਾਹੀਦਾ। ਉਹ ਸਹੀ ਆ, ਸਹੀ ਆ ਜੀ। ਅਤੇ ਇਹ ਫਿਰ ਕਿੱਥੋਂ ਮੰਗਾਉਂਦੇ ਸਾਰਾ ਸਮਾਨ? ਇਹ ਤਾਂ US ਤੋਂ ਵੀ ਆਉਂਦਾ ਭਾਅ ਜੀ, ਚਾਈਨਾ, ਥਾਈਲੈਂਡ। ਅੱਛਾ। ਹੁਣ ਤਾਂ ਵੀਅਤਨਾਮ ਤੋਂ ਵੀ ਆਉਣ ਲੱਗ ਪਿਆ, ਮੈਕਸੀਕੋ ਤੋਂ ਆਉਂਦੇ ਆ ਟਾਇਰ। ਅਤੇ ਜਿਹੜੇ ਚਾਈਨਾ ਦੀ ਰੈਪੂਟੇਸ਼ਨ ਦੀ ਇੱਦਾਂ ਦੀ ਬਣੀ ਕਿ ਚਾਈਨਾ ਠੀਕ ਹੁੰਦਾ ਸਮਾਨ ਤਾਂ ਠੀਕ ਹੁੰਦਾ? ਕਈ ਵਧੀਆ ਵੀ ਆ, ਡਿਪੈਂਡ ਕਰਦਾ ਕਿਹੜੀ ਵਰਾਇਟੀ ਤੁਸੀਂ ਮੰਗਦੇ ਆ, ਜਿੱਦਾਂ ਸਸਤੀ ਵੀ ਆ ਅਤੇ ਮਹਿੰਗੀ ਵੀ ਹੈਗੀ ਆ। ਪੈਸੇ ਕਿੰਨੇ ਖਰਚਣੇ ਆ? ਪੈਸੇ ਕਿੰਨੇ ਖਰਚਣੇ? ਸਹੀ ਮੁੱਕ ਦੀ ਗੱਲ ਇਹ ਮੁੱਕ ਦੀ ਪੈਸੇ। ਅੱਛਾ, ਇਹ ਵੀ ਕਾਰਾਂ ਦੇ ਇੱਧਰ ਟਾਇਰ ਸਾਰੇ? ਹਾਂਜੀ, ਇਹ ਸਾਰੇ ਕਾਰਾਂ ਦੇ ਰਹਿਮੇ, ਕਾਰਾਂ ਦੇ ਟਾਇਰ ਆ। ਅਤੇ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਟੋਟਲ ਸਰਵਿਸ ਇੱਥੇ ਹੈਗੀ ਆ, ਉਹ ਕਾਹਦੀ ਕਾਹਦੀ ਹੈਗੀ ਆ? ਉਹ ਸਿਰਫ ਟਾਇਰਾਂ ਦੀ ਆਪਾਂ ਕਰਦੇ ਭਾਅ ਜੀ, ਟਾਇਰ ਰਿਪੇਅਰ ਨਹੀਂ ਹੈ? ਰਿਪੇਅਰ ਕਰਦੇ ਹਾਂ, ਪਰ ਗੱਡੀਆਂ ਰਿਪੇਅਰ ਨਹੀਂ ਕਰਦੇ ਹੈਗੇ, ਸਿਰਫ ਟਾਇਰ ਰਿਪੇਅਰ ਕਰਦੇ ਹਾਂ ਜਾਂ ਨਵੇਂ ਟਾਇਰ ਹੀ ਪਾਉਣੇ ਬਹੁਤੇ ਆਪਾਂ। ਅੱਛਾ ਜੀ। ਅੱਛਾ, ਜਾਂ ਰੈਂਪ ਪਾਉਂਦੇ ਹਾਂ, ਕਸਟਮ ਵੀਲ ਜਿੱਦਾਂ ਹੁੰਦੇ ਆ। ਅਤੇ ਪੁਲਿਸ 'ਚ ਵੀ ਨੌਕਰੀ ਕਰਦੇ ਤੁਸੀਂ? ਨਹੀਂ ਨਹੀਂ ਭਾਅ ਜੀ। ਨਹੀਂ, ਆਹ FIR ਲਿਖਿਆ ਨਾ ਦੇਖੋ, FIR ਦਰਜ ਹੁੰਦੀ ਕੀ? ਆ ਰਿਹਾ ਜੀ। ਹੈ, 1 ਆ ਰਿਹਾ। ਉਹ 1 ਆ ਰਿਹਾ? ਅੱਛਾ, ਵਿੱਚ ਮੈਂ ਕਿਹਾ ਕਿਤੇ FIR ਦਰਜਾਂ ਹੁੰਦੀਆਂ ਇੱਥੇ। ਅਤੇ ਜਿਹੜੇ ਫਿਰ ਟਾਇਰਾਂ ਦੀ ਰੇਂਜ ਜਿਹੜੀ ਹੈਗੀ ਆ, ਜਿਹੜੇ ਆਪਣੇ ਪੰਜਾਬੀਆਂ ਦੀ ਆਪਾਂ ਜੇ ਗੱਲ ਕਰੀਏ, ਅਤੇ ਪੰਜਾਬੀ ਤਾਂ ਮੇਰੇ ਖਿਆਲ ਮਹਿੰਗੇ ਟਾਇਰ ਪਾਉਂਦੇ ਕਿ ਠੀਕ ਠੀਕ ਪਾਉਂਦੇ? ਨਹੀਂ, ਪੰਜਾਬੀ ਗੱਡੀਆਂ ਨੂੰ ਮਹਿੰਗੇ ਪਾਉਂਦੇ ਆ। ਅੱਛਾ ਜੀ। ਟਰੱਕਾਂ ਵਾਲੇ ਸਸਤੇ ਲੱਭਦੇ ਆ? ਟਰੱਕਾਂ ਵਾਸਤੇ ਸਸਤੇ ਕਿਉਂ ਲੱਭਦੇ? ਉਹ ਤਾਂ ਜ਼ਿਆਦਾ ਮਹਿੰਗੇ ਚਾਹੀਦੇ ਨੇ। ਆਈ ਡੋਂਟ ਨੋ। ਜਿਹੜੇ ਸੜਕਾਂ 'ਤੇ ਦੇਖਦੇ ਹਾਂ ਉਹ ਟਾਇਰਾਂ ਦੇ ਪਏ ਹੁੰਦੇ ਪਟੇ ਜੇ, ਲੱਤ ਕਿਉਂ ਕੁਦਰ ਲੈ ਜਾਂਦੇ ਲੋਕਾਂ ਦੇ? ਉਹ ਰੀਕੈਪ ਟਾਇਰ ਪਾਉਣ ਨਾਲ, ਜੋ ਰੀਕੈਪ ਟਾਇਰ ਬਹੁਤ ਪੁਰਾਣਾ ਹੁੰਦਾ ਨਾ, ਰੀਕੈਪ ਜਿੱਦਾਂ ਰੀਡਾਇਲ ਰੀਕੈਪ ਕਰਦੇ ਆ ਟਾਇਰ ਨੂੰ। ਅੱਛਾ ਜੀ। ਨਵੀਂ ਰਬੜ ਚੜਾਉਂਦੇ ਆ, ਸਾਈਡਾਂ ਉਹੀ ਹੁੰਦੀਆਂ, ਉੱਪਰ ਰਬੜ ਚੜਾਉਂਦੇ ਆ, ਰੀਕੈਪ ਕਰ ਦਿੰਦੇ ਆ। ਕਿੰਨਾ ਕੁ ਸਟਾਫ ਇੱਥੇ ਰੱਖਿਆ ਫਿਰ ਆਪਾਂ? ਆਪਣੇ ਕੋਲ ਰੀਕੈਪ ਨਹੀਂ ਹੈਗੇ, ਸਿਰਫ ਨਵੇਂ ਹੀ ਆਪਾਂ। ਨਹੀਂ ਨਹੀਂ ਸਟਾਫ, ਸਟਾਫ ਅਸੀਂ ਤੁਹਾਡੇ 13 ਬੰਦੇ ਆ। ਅੱਛਾ ਜੀ। ਹਾਂਜੀ। ਅਤੇ 1997 ਦੇ ਵਿੱਚ ਤੁਸੀਂ ਇੱਥੇ ਆਏ ਹੋ, ਜਾਣੀ ਕਿ 20 ਸਾਲ ਤੋਂ ਉੱਪਰ ਹੋ ਗਏ। ਹਾਂਜੀ। ਅਤੇ ਤੁਸੀਂ ਤਾਂ ਆਪ 20 ਸਾਲਾਂ ਦੇ ਲੱਗਦੇ ਅਜੇ? ਨਹੀਂ ਨਹੀਂ ਭਾਅ ਜੀ, ਯੰਗ ਆਏ ਸੀਗੇ 19 ਸਾਲ ਦੇ। ਨਹੀਂ, ਯੰਗ ਅਜੇ ਵੀ, ਜੇ ਮਤਲਬ 64 ਡਾਲਰ 15 ਨਹੀਂ 10 ਕਦਾ ਮੇਰੇ ਖਿਆਲ ਆਉਂਦਾ ਉਹ ਰੰਗ, ਜੇ ਉਹ ਵਰਤ ਲਓ ਤਾਂ ਯੰਗ ਅਜੇ ਵੀ ਯੰਗ ਹੀ ਹੋ। ਆਉਂਦੇ ਆ ਤਾਂ ਜਾਂਦਾ ਭਾਅ ਜੀ, ਪਰ ਨਹੀਂ ਘਰਵਾਲੀ ਕਹਿੰਦੀ ਨਾਲ ਆਏਗਾ। ਅੱਛਾ, ਇੱਦਾਂ ਬੰਦਾ ਸਿਆਣਾ ਲੱਗਦਾ ਨਾ, ਇੱਦਾਂ ਵਧੀਆ ਲੱਗਦਾ। ਸਹੀ ਗੱਲ ਹੈ ਜੀ, ਉਹ ਤਾਂ ਜਵਾਨੀ ਦੀ ਗੱਲ ਹੈ ਜੀ, ਜਵਾਨੀ ਤਾਂ ਜਵਾਨੀ ਰਹਿੰਦੀ ਬੰਦੇ ਦੇ। ਅਤੇ ਇੰਡੀਆ ਤੋਂ ਕਿਹੜਾ ਏਰੀਆ ਆਪਣਾ? ਆਪਣਾ ਹੈਗਾ ਨਵਾਂ ਸ਼ਹਿਰ, ਰਾਏਪੁਰ ਡੱਬਾ। ਰਾਏਪੁਰ ਡੱਬਾ? ਹਾਂਜੀ। ਇਹ ਡੱਬਾ ਮਤਲਬ ਕਿੱਦਾਂ, ਮਤਲਬ ਚੌਰਸਾ ਪਿੰਡ ਹੈਗਾ ਤਾਂ ਗੋਲ ਹੀ ਆ ਮੈਨੂੰ? ਅੱਛਾ ਅੱਛਾ। ਰਾਏਪੁਰ ਡੱਬਾ ਆ, ਅਤੇ ਸ਼ਰਾਰਤਾਂ ਫਿਰ ਉਸੇ ਪਿੰਡ 'ਚ ਰਾਏਪੁਰ ਡੱਬੇ 'ਚ ਕੀਤੀਆਂ? ਹਾਂਜੀ ਹਾਂਜੀ। ਉੱਥੇ ਬਚਪਨ ਤੋਂ ਸ਼ਰਾਰਤ ਹੀ ਲੱਗਦੇ ਨਹੀਂ ਵੈਸੇ ਤੁਸੀਂ? ਨਹੀਂ, ਸ਼ਰਾਰਤਾਂ ਇਕੱਠੇ ਕੀਤੀਆਂ ਭਾਅ ਜੀ, ਰਿਸਪੋਂਸੀਬਿਲਟੀ ਛੇਤੀ ਛੇਤੀ ਪੈ ਗਈ ਫਿਰ। ਅਤੇ ਇੱਥੇ ਹੁਣ ਫਿਰ ਕਿੰਨੀ ਦੇਰ 'ਚ ਤੁਸੀਂ ਜਦੋਂ ਕੋਈ ਕਸਟਮਰ ਅਪੁਆਇੰਟਮੈਂਟ ਲੈ ਕੇ ਆਉਂਦਾ ਜਾਂ ਕਿੱਦਾਂ ਆਉਂਦਾ? ਨਹੀਂ, ਫਸਟ ਕਮ ਫਸਟ ਸਰਵ ਭਾਅ ਜੀ। ਅੱਛਾ ਜੀ, ਜੇ ਅਪੁਆਇੰਟਮੈਂਟ ਲੈ ਕੇ ਆਉਂਦਾ ਤਾਂ ਜੀ ਲੋੜ ਹੀ ਨਹੀਂ ਪੈਂਦੀ ਹੈਗੀ ਭਾਅ ਜੀ, ਬੰਦੇ ਵਾਧੂ ਆ। ਅੱਛਾ, ਕਾਰਾਂ ਨੂੰ ਟਰੱਕ ਨੂੰ 30 ਮਿੰਟ 'ਚ? ਹਾਂਜੀ, ਚੱਕਦੇ ਫਟੇ? ਹਾਂਜੀ, ਟਰੱਕ ਨੂੰ ਨਾ ਬਰਾਬਰ ਹਾਫ। ਅੱਛਾ, ਅਤੇ ਕਿੱਦਾਂ ਫਿਰ ਸ਼ੌਂਕ ਸ਼ੂੰਕ ਕਿਵੇਂ, ਐਂਟਰਟੇਨਮੈਂਟ ਕਿਵੇਂ ਕਰਦੇ ਹਾਂ? ਐਂਟਰਟੇਨਮੈਂਟ ਭਾਅ ਜੀ ਆਪਣੇ ਬੰਦੇ ਆ, ਇੱਥੇ ਫਨ ਫੁਨ ਕਰ ਲਈਦਾ, ਜਾਂ ਬਾਰਬੀਕਿਊ ਕਰ ਲਓ, ਜਾਂ ਮੂਵੀ ਦੇਖਣ ਚੱਲ ਜਾਓ। ਅੱਛਾ, ਅਤੇ ਚਲੋ ਆਪਾਂ ਗੱਲਬਾਤ ਨਾਲ ਦੀ ਨਾਲ ਕਰਦੇ ਹਾਂ। ਬਾਹਰ ਵੀ ਬੜਾ ਵਧੀਆ ਮਾਹੌਲ ਹੈ, ਮੈਂ ਕਹਿੰਦਾ ਜੈਕੀ ਜੈਕ ਪਏ ਨੇ, ਅਤੇ ਉੱਦਾਂ ਵੀ ਜੈਕ ਹੈ ਕੋਈ ਪੰਜਾਬ 'ਚ? ਨਹੀਂ ਭਾਅ ਜੀ, ਪੰਜਾਬ 'ਚ ਜਾਈਦਾ ਕਿਤੇ ਕਿਤੇ। ਅੱਛਾ, ਜੈਕ ਦੀ ਲੋੜ ਨਹੀਂ ਮੈਨੂੰ? ਨਹੀਂ ਨਹੀਂ, ਲੋੜ ਨਹੀਂ। ਕਦੇ ਲੀਡਰਾਂ ਨੂੰ ਲਿਫਾਫੇ ਦਿੰਦੇ ਅਤੇ ਲੀਡਰਾਂ ਨੂੰ ਜਾਂ? ਅੱਛਾ, ਵਧੀਆ, ਪਰੇ ਪਰੇ ਰਹੀਦਾ। ਚਲੋ ਚੰਗੀ ਗੱਲ ਹੈ ਜੀ, ਲਿਫਾਫਿਆਂ ਤੋਂ ਦੂਰ ਰਹਿਣਾ ਚਾਹੀਦਾ। ਆਪਾਂ ਇੱਕ ਵਾਰ ਫਿਰ ਇਹਦੀ ਗੱਲ ਕਰਦੇ, ਇਹ ਕਿਹੜਾ ਏਰੀਆ ਪੈਂਦਾ ਹੈ ਜਿੱਥੇ
4 ਈਸਟ ਲਈ ਆ। ਹਾਂਜੀ 4 ਈਸਟ ਲੈ ਕੇ ਵਿਲਸਨ ਦੇ ਐਗਜ਼ਿਟ ਕੱਢ ਕੇ AMPM ਦੇ ਬਿਲਕੁਲ ਨਾਲ। ਹਾਂ ਇੱਥੇ ਹੈਗਾ। ਹਾਂਜੀ 1538 ਈਸਟ ਮਾਰਕੀਟ ਸਟਰੀਟ ਪੈਂਦੀ ਆ। ਹਾਂ ਹਾਂ ਸਟਾਰਟਰ ਦੇ ਵਿੱਚ ਦਾ ਸਾਊਥ ਸਟਾਰਟਰ ਪੈ ਜਾਂਦਾ। ਨਹੀਂ ਇਹ ਤਾਂ ਜਮਾਂ ਵਿੱਚ ਸ਼ਹਿਰ ਦੇ ਹੈਗਾ ਤੇ ਜਗ੍ਹਾ ਇਦਾਂ ਇੰਨੀ ਮਿਲ ਜਾਂਦੀ ਆ। ਔਖੀ ਲੱਭਦੀ ਆ ਪਰ ਕਿਸੇ ਟਾਈਮ ਤੇ ਲੱਭ ਗਈ ਸੀਗੀ। ਉਦੋਂ ਹਜੇ ਮਤਲਬ ਚੰਗੇ ਭਲੇ ਡਾਊਨਗ੍ਰੇਡ ਸੀਗੇ ਅੱਜ ਤੋਂ 2001-2002 ਦੇ ਵਿੱਚ। ਅੱਛਾ ਭਲੇ ਵੇਲਿਆਂ ਦੀ ਗੱਲ ਹੈ। ਭਲੇ ਵੇਲੇ ਦੇ ਬਿਲਡਿੰਗ ਬੰਦ ਪਈ ਸੀ, ਅਸੀਂ ਚੱਕ ਲਈ ਫਿਰ। ਮੈਂ ਕਿਹਾ ਚੱਕ ਕੇ ਤੁਸੀਂ ਬਣਾ ਤੇ ਬਹਿ ਜਾ, ਜੰਗਲ 'ਚ ਮੰਗਲ ਕਰਤੀ ਪੂਰੀ ਕੇ। ਠੀਕ ਹੈ। ਅੱਛਾ ਜੈ ਭਾਜੀ ਹੋਰ ਇੱਥੇ ਕੀ ਕੀ ਸਪੈਸ਼ਲਿਸਟ ਜਿਹੜੀ ਤੁਹਾਡੀ, ਕਿਉਂਕਿ ਮੈਂ ਮੈਨੂੰ ਜਨਾਬ ਨੇ ਕਿਹਾ ਵੀ ਪੁੱਛ ਕੇ ਸਾਰਾ ਸਾਰਾ ਦੱਸੀ ਲੋਕਾਂ ਨੂੰ ਜੋ ਜੋ ਸਪੈਸ਼ਲਿਸਟ ਹੈਗੀ ਆ, ਜੋ ਜੋ ਤੁਹਾਡੀਆਂ ਸਰਵਿਸਿਜ਼ ਹੈਗੀਆਂ, ਜੋ ਜੋ ਕਿਸੇ ਨੂੰ ਰਿਕੁਆਇਰਮੈਂਟ, ਮੰਨ ਲਓ ਕਿਸੇ ਨੇ ਦੂਰੋਂ ਆਉਣਾ ਕਰਾਉਣ ਵਾਸਤੇ ਵੀ ਬੰਦਾ LA ਤੋਂ ਚੱਲਿਆ ਹੋਇਆ, ਹਾਂਜੀ, ਅਤੇ ਇੱਥੇ ਸਪੈਸ਼ਲ ਆਉਣਾ ਵਾ, ਅਤੇ ਫਿਰ ਉਹਨੂੰ ਵਾਸਤੇ ਕੋਈ ਖਾਸ ਸਹੂਲਤ ਜਾਂ ਪੰਜਾਬੀਆਂ ਵਾਸਤੇ ਕੋਈ ਖਾਸ ਰਿਆਤ ਜੀ? ਪੰਜਾਬੀਆਂ ਵਾਸਤੇ ਉੱਦੇ ਰਿਆਤ ਹੀ ਆ ਭਾਅ ਜੀ, ਆਪਾਂ ਕੋਈ ਬਹੁਤਾ ਮੰਗਦੇ ਨਹੀਂ, ਜਿੰਨੀ ਕੁ ਦੀ ਲੋੜ ਹੈ ਉਨਾ ਕੁ ਲਈਦਾ। ਉਨਾ ਕੀ ਬਸ ਜ਼ਿਆਦਾ ਨਹੀਂ ਜੀ, ਇਹ ਨਹੀਂ ਬਸ ਲਾ ਲਓ ਆ ਗਿਆ ਤੇ ਫਿਰ ਲਾ ਲਓ। ਅੱਛਾ ਜੀ, ਲਾ ਲਓ, ਨਹੀਂ ਲਾਉਣੇ ਹੈਗੇ। ਨਹੀਂ 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 ਕੱਪੜੇ ਤਾਂ ਕਾਹਨੂੰ ਜੀ, ਟਾਇਰ ਲਾ ਲਓ ਅਗਲੇ ਦੇ, ਕੱਪੜੇ ਨਾ ਲਾਓ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਇਹ ਜਿਹੜੇ ਰਿਮ ਵੀ ਸਾਰੀਆਂ ਗੱਡੀਆਂ ਦੇ ਹੈਗੇ, ਟਰੱਕਾਂ 'ਚ ਤਾਂ ਨਹੀਂ ਇੱਦਾਂ ਦੇ ਰਿਮ ਪੈਂਦੇ ਫੈਂਸੀ? ਨਹੀਂ, ਟਰੱਕਾਂ ਦੇ ਵੀ ਆਉਂਦੇ ਆ ਫੈਂਸੀ, ਪਰ ਬਹੁਤ ਘੱਟ ਲੋਕ ਪਾਉਂਦੇ ਆ, ਆਮ ਅਲੂਮੀਨੀਅਮ ਦੇ ਪਾਉਂਦੇ ਆ ਰੈਗੂਲਰ ਜਿਹੜੇ ਹੁੰਦੇ ਆ। ਅੱਛਾ ਜੀ, ਹਾਂਜੀ, ਤੇ ਅਲੂਮੀਨੀਅਮ ਵਾਲੇ ਪਾਉਂਦੇ ਰੈਗੂਲਰ? ਆਹ ਤਾਂ ਮੈਂ ਕਹਿੰਦਾ ਜੀ ਕਮਾਲ ਕੀਤੀ ਪਈ ਆ, ਬਹੁਤ ਤਰ੍ਹਾਂ ਦੇ ਪਏ ਆ, ਬਹੁਤ ਤਰ੍ਹਾਂ ਦੇ ਪਏ ਕਾਰਾਂ ਦੇ। ਹਾਂਜੀ, ਤੇ ਇਹ ਮਾਈਂਡ 'ਚ ਕਿਉਂ ਆਇਆ ਪਹਿਲਾਂ ਫਿਰ ਕੀ ਇੰਡੀਆ ਕੀ ਕਰਦੇ ਸੀਗੇ? ਇੰਡੀਆ ਕੁਛ ਵੀ ਨਹੀਂ, ਵਿਹਲੇ। ਅੱਛਾ, ਤਾਂ ਇੱਥੇ ਪਤਾ ਲੱਗਦਾ ਫਿਰ ਇੰਡੀਆ ਵਿਹਲੇ ਰਹਿ ਕੇ? ਪਹਿਲਾਂ ਆਇਆ ਤਾਂ ਫਿਰ ਉਸ ਵੇਲੇ ਕੰਮ, ਟਰੱਕਾਂ ਟਰੁੱਕਾਂ ਦਾ ਕੰਮ ਤਾਂ ਹੁੰਦਾ ਨਹੀਂ ਸੀਗਾ। ਅੱਛਾ ਜੀ, ਫਿਰ ਜਦੋਂ ਮੇਰਾ ਬੌਸ ਪਾਕਿਸਤਾਨ ਤੋਂ ਆ ਅਤੇ ਇਹਨਾਂ ਤੋਂ ਕੰਮ ਕੀਤਾ, ਮੋਡੈਸਟੋ ਤੋਂ ਸ਼ੁਰੂ ਕੀਤਾ ਸੀਗਾ ਅਸੀਂ ਯੂਜ਼ ਟਾਇਰਾਂ ਤੋਂ। ਅੱਛਾ, ਅਤੇ ਯਾਦ ਦੇ ਹੁਣ ਬਾਬੇ ਦੀ ਕਿਰਪਾ, ਹੁਣ ਤਾਂ ਬਾਬੇ ਦੀ ਕਿਰਪਾ ਜੀ। ਮੈਂ ਕਹਿੰਦਾ ਹੁਣ ਤਾਂ ਹਿਸਾਬ ਹੀ ਨਹੀਂ ਹੋਣਾ ਵੀ ਟਾਇਰ ਕਿਹੜੇ ਕਿਹੜੇ ਹੈਗੇ ਅਤੇ ਕਿੰਨਾ ਕੁ ਟਾਇਰ ਪਏ ਨੇ। ਹੁਣ ਤਾਂ ਸਾਡੇ ਕੋਲ 15-20 million ਡਾਲਰ ਦੀ ਇਨਵੈਂਟੋਰੀ ਪਈ ਆ ਸਾਡੇ ਵੇਅਰ ਹਾਊਸ ਦੇ ਵਿੱਚ ਉੱਧਰ ਭਰੇ। 15-20 million ਦਾ ਸਾਰਾ ਕੁਛ ਸਮਾਨ? ਜ਼ਿਆਦਾ ਹੋਊਗਾ, ਜ਼ਿਆਦਾ ਹੋਣਾ, ਮੈਨੂੰ ਤਾਂ ਲੱਗਦਾ ਜ਼ਿਆਦਾ ਹੋਣਾ ਜੀ, 30-40 million ਦਾ ਹੋਣਾ। ਤੇ ਚਲੋ, ਮੈਂ ਤਾਂ ਪੁਲਿਸ ਵਾਲੇ ਤਾਂ ਮਿਲੀਅਨ ਦੇ ਚੱਕਰਾਂ 'ਚ ਪੈਂਦੇ ਨਹੀਂ, ਇਹ ਤਾਂ ਸੌਵਾਂ ਦੀ ਮਾਰ ਹੈ, ਪੁਲਿਸ ਵਾਲੇ ਤਾਂ ਕੋਈ ਮਿਲੀਅਨ ਵਾਲਾ ਕੋਈ ਹੈ ਨਹੀਂ ਕੇਸ। ਦੱਸੋ ਤਾਂ ਫਿਰ ਪੈਂਦੇ ਇੱਥੇ ਨਹੀਂ, ਕੋਈ ਵੀ ਕਹਿੰਦੇ ਇੱਥੇ ਕੁਛ ਨਹੀਂ ਕਹਿੰਦੇ ਜੀ, ਇੱਥੇ ਵੈਸੇ ਵੀ ਪਿਆਰ ਕਰਦੇ ਲੋਕ ਪੁਲਿਸ ਵਾਲਿਆਂ ਨੂੰ। ਹਾਂਜੀ ਹਾਂਜੀ, ਤੇ ਉਹ ਆ ਵੀ ਹੁਣ ਮੈਨੂੰ ਵੀ ਹੁਣ ਤੁਸੀਂ ਪਿਆਰ ਕਰ ਰਹੇ, ਭਾਵੇਂ ਜਾਣ ਪਿੱਛੋਂ, ਭਾਵੇਂ ਨਹੀਂ ਨਹੀਂ ਆਪਣੇ ਆਪਾਂ ਭਾਈ ਸਾਹਿਬ ਕਹਿ ਦੇਣ ਵੀ ਯਾਰ ਇਹ ਕਿੱਧਰ ਆ ਗਿਆ। ਨਹੀਂ ਨਹੀਂ, ਤੇ ਚਲੋ ਵੈਸੇ ਉੱਦਾਂ ਇੰਡੀਆ ਕਦੇ ਵਾਹ ਪਿਆ ਪੰਜਾਬ ਪੁਲਿਸ ਨੂੰ? ਨਹੀਂ ਭਾਜੀ, ਪੈਸੇ ਪੂਸੇ ਦੇਣ ਦਾ ਨਹੀਂ ਪਿਆ? ਨਹੀਂ, ਲੋੜੇ ਨਹੀਂ ਕਦੇ, ਪਰ ਤੁਹਾਨੂੰ ਪਤਾ ਹੀ ਨਹੀਂ ਵੀ ਪੁਲਿਸ ਤਾਂ ਪੈਸੇ ਲੈਂਦੀ ਵੀ ਕਿ ਨਹੀਂ ਲੈਂਦੀ? ਨਾ ਹੀ ਕਦੇ ਲੜਾਈ ਝਗੜਾ ਕੀਤਾ, ਨਾ ਹੀ ਕਦੇ ਪੁਲਿਸ ਤੋਂ ਗਿਆ। ਅੱਛਾ ਅੱਛਾ, ਨਹੀਂ ਵੀ ਚੈੱਕ ਕਰ ਲੈਣਾ ਚਾਹੀਦਾ ਪੰਜਾਬ ਪੁਲਿਸ ਪੈਸੇ ਲੈਂਦੀ ਕਿ ਨਹੀਂ ਲੈਂਦੀ? ਨਹੀਂ, ਸਾਡੇ ਆਪਣੇ ਹੁਣ ਮੇਰੇ ਦੋ ਚਾਚੇ ਨਹੀਂ, ਹੁਣ ਬਾਬਾ ਸੀਗਾ, ਮਾਮਾ ਵੀ ਪੁਲਿਸ ਸੀਗਾ, ਪੁਲਿਸ ਸੀਗਾ। ਅੱਛਾ ਅੱਛਾ ਅੱਛਾ, ਫਿਰ ਤਾਂ ਪੈਸੇ ਕੀ ਦੇਣੇ? ਨਹੀਂ, ਮੈਂ ਕਿਹਾ ਜੇ ਚੈੱਕ ਕਰਨਾ ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ ਵੀ ਮੈਂ ਜੇ ਪੈਸੇ ਦੇਖ ਲਓ, ਜਦ ਮੈਂ ਲੈ ਲਏ ਇਹਦਾ ਮਤਲਬ ਪੁਲਿਸ ਪੈਸੇ ਲੈਂਦੀ ਆ, ਜੇ ਮੈਂ ਨਹੀਂ ਲਏ ਇਹਦਾ ਮਤਲਬ ਨਹੀਂ ਲੈਂਦੀ, ਨਹੀਂ ਤੁਸੀਂ ਨਹੀਂ ਲੈਂਦੇ। ਠੀਕ ਆ ਜੀ, ਚਲੋ ਆਓ ਦਫ਼ਤਰ 'ਚ ਕਰਦੇ ਜੀ ਗੱਲਬਾਤ ਫਿਰ ਥੋੜ੍ਹੀ ਜਿਹੀ ਹੋਰ। ਹਾਂਜੀ, ਆਓ ਜੀ ਆਓ, ਜੈ ਸਾਹਿਬ ਤੈਨੂੰ ਆਪਣੇ ਦਫ਼ਤਰ ਸਮਝੋ, ਮਤਲਬ ਐਵੇਂ ਸੰਘਿਓ ਸੁੰਘਿਓ ਨਾ, ਬੈਠੋ, ਮੈਂ ਮਾੜਾ ਜਿਹਾ ਗੇੜਾ ਮਾਰਨ ਲੱਗ ਗਏ। ਠੀਕ ਆ ਜੀ, ਤੁਸੀਂ ਬੈਠੋ, ਮੈਂ ਆਉਣਾ ਅਤੇ ਫਿਰ ਬਾਕੀ ਗੱਲਬਾਤ ਕਰਦੇ ਹਾਂ ਬਾਅਦ 'ਚ। ਵਾਹ ਜੀ ਵਾਹ, ਬੜੇ ਸੋਹਣੇ ਲਾਈਆਂ ਜੀ ਟਾਇਰ ਟੂਰ। ਹੈਲੋ ਜੀ ਸਰ ਜੀ, ਕੀ ਤੁਹਾਡਾ ਆਹ ਕੀ ਹੈ, ਕਿਹੜਾ ਟਾਇਰ ਹੈ ਜੀ? ਕਹਿੰਦਾ ਟਾਇਰ, ਕਹਿੰਦਾ ਟਾਇਰ ਜੀ, ਕਹਿੰਦਾ। ਅੱਛਾ ਅੱਛਾ ਅੱਛਾ, ਮੈਂ ਕਿਹਾ ਬੰਦੀ ਟਾਇਰ ਕਹਿੰਦਾ ਕੁਛ, ਕੀ ਨਾਂ ਸਰ ਤੁਹਾਡਾ? ਮੇਰਾ ਨਾਮ ਮੁਹੰਮਦ ਇਸ਼ਫਾਕ। ਮੁਹੰਮਦ ਸਾਹਿਬ, ਤੁਹਾਡੀ ਕੀ ਇੱਥੇ ਫਿਰ ਜੋਬ? ਕੀ ਸਰ? ਆਫਿਸ ਜੋਬ, ਆਫਿਸ ਕੰਪਿਊਟਰ ਵਰਕ। ਚੈੱਕ ਚੁੱਕ ਤੁਸੀਂ ਕੱਢਦੇ ਹੋ? ਹਾਂਜੀ ਹਾਂਜੀ। ਲੈ ਫੇਰ ਬਣ ਗਈ ਗੱਲ, ਹੋਰ ਸੁਣਾਓ, ਠੀਕ ਠਾਕ ਜੀ? ਬੜੀ ਖੁਸ਼ੀ ਹੋਈ ਮੈਂ ਕਹਿੰਦਾ ਜੀ ਤੁਹਾਨੂੰ ਮਿਲ ਕੇ। ਅਤੇ ਪਾਕਿਸਤਾਨ ਤੋਂ ਕਿਹੜਾ ਏਰੀਆ? ਪਾਕਿਸਤਾਨ ਚੋਂ, ਜਨੂਬੀ ਪੰਜਾਬ। ਜਨੂਬੀ ਪੰਜਾਬ, ਵਾਹ ਜੀ ਵਾਹ, ਬਹੁਤ ਵਧੀਆ, ਬੜੀ ਖੁਸ਼ੀ ਹੋਈ ਮੈਂ ਕਹਿੰਦਾ। ਇੱਥੇ ਬਾਹਰ ਵੀ ਦੋਨੋਂ ਪੰਜਾਬ ਇਕੱਠੇ ਹੋਏ ਪਏ ਆ, ਉੱਧਰੋਂ ਪੰਜਾਬ ਵੀ, ਪੰਜਾਬ 'ਚ ਵੀ ਪੰਜਾਬ ਇਕੱਠੇ ਹੋ ਰਹੇ ਨੇ, ਬੜੀ ਚੰਗੀ ਗੱਲ ਆ। ਚੰਗੀ ਗੱਲ ਆ, ਬੜੀ ਖੁਸ਼ੀ ਦੀ ਗੱਲ ਆ ਜੀ। ਅਤੇ ਟਾਇਰਾਂ ਟੂਰਾਂ ਦਾ ਕਿੱਦਾਂ ਹਿਸਾਬ ਕਿਤਾਬ ਇੱਥੇ? ਟਾਇਰ ਵਧੀਆ ਜੀ, ਮਿਲ ਜਾਂਦੇ ਹੱਥ। ਅਤੇ ਇਹ ਮੈਂ ਪਵਾਉਣੇ ਸੀ ਟਾਇਰ ਗੱਡੀ ਦੇ, ਤੁਸੀਂ ਜੈ ਸਾਹਿਬ ਨੂੰ ਮੇਰੀ ਸਿਫਾਰਿਸ਼ ਕਰ ਦਿਓਗੇ? ਹਾਂਜੀ, ਕਰ ਦਿਆਂਗੇ ਜੀ। ਠੀਕ ਹੈ ਜੀ, ਤੁਸੀਂ ਮੈਨੂੰ 50% ਤੁਸੀਂ ਡਿਸਕਾਊਂਟ ਦੇ ਦਿਓ। ਅੱਛਾ ਜੀ, ਅਤੇ 50% ਮੈਨੂੰ ਜੈ ਸਾਹਿਬ ਡਿਸਕਾਊਂਟ ਦੇ ਦੂੰਗੇ। ਉਦੋਂ ਫ੍ਰੀ ਹੋ ਗਿਆ ਜੀ? ਨਹੀਂ ਨਹੀਂ, ਬਾਕੀ ਜਿਹੜੇ ਬਚੇ ਮੈਂ ਦੇ ਦੂੰ ਪੈਸੇ, ਬਾਕੀ ਬਚਣਾ ਕੁਛ ਨਹੀਂ। ਅੱਛਾ, ਬਚਣਾ ਨਹੀਂ, ਚਲੋ ਕੋਈ ਨਹੀਂ, ਚਲ ਬੈਠੋ। ਥੈਂਕ ਯੂ ਜੀ, ਥੈਂਕ ਯੂ ਸਰ। ਹਾਂਜੀ ਸਰ, ਇਹ ਕੁਰਸੀ ਇੱਕ ਉੱਧਰ ਨੂੰ ਕੀ ਕੰਸੈਪਟ, ਮੈਨੂੰ ਸਮਝ ਨਹੀਂ ਆਇਆ ਤੁਹਾਡਾ ਇਹ। ਕਸਟਮਰ ਦੇ ਬੈਠਾ, ਹਾਂਜੀ, ਬੰਦਾ ਛੁੱਟੀ ਦੇ ਦੂਜੇ ਪਾਸੇ। ਅੱਛਾ, ਉੱਧਰ ਨੂੰ ਉੱਧਰ ਵਾਲਾ ਬੰਦਾ, ਇੱਧਰ ਨੂੰ ਤੁਹਾਡੇ ਵਾਲਾ ਬੰਦਾ, ਕਸਟਮਰ ਦੋ ਦਾ, ਕਸਟਮਰ ਹੀ ਬੈਠ ਸਕਦਾ, ਹੋਰ ਨਹੀਂ ਬੈਠ ਸਕਦਾ ਕੋਈ ਇੱਥੇ? ਤੁਸੀਂ ਬੈਠੋ ਜੀ ਤੁਹਾਡੇ। ਅੱਛਾ, ਮੈਂ ਬਹਿ ਜਾਂਦਾ, ਠੀਕ ਹੈ ਜੀ। ਮੈਂ, ਹਾਂਜੀ, ਹੋਰ ਸੁਣਾਓ।
ਕੰਮ ਆਸ਼ਕੀ ਤਾਂ ਹੁੰਦੀ ਨਹੀਂ ਇੱਧਰ, ਆਸ਼ਕੀ ਤਾਂ ਕਿੱਥੇ ਟਾਈਮ ਨਾਲ ਗੇੜੀਆਂ ਗੂੜੀਆਂ, ਪੰਜਾਬ ਤਾਂ ਗੇੜੀਆਂ ਗੂੜੀਆਂ ਮਾਰੀਆਂ ਹੋਣੀਆਂ ਉੱਥੇ ਕਿ ਨਹੀਂ ਕੋਲਟਾ ਗੂੜੀਆਂ ਦਾ ਕਿੱਥੇ? ਹਾਂਜੀ 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 ਬਿਲਕੁਲ, ਹੁਣ ਤਾਂ ਵਿਆਹ ਹੋ ਗਿਆ, ਹੁਣ ਮਤਲਬ ਪੰਗਾ ਨਾ ਪਾ ਲਿਓ ਕੋਈ ਸੱਚ ਦੱਸ ਕੇ ਹੈ। ਅੱਛਾ ਤੁਹਾਡਾ ਇੱਥੇ ਕੀ ਕੰਮ? ਕੰਮ ਬਸ ਹੀ ਤੁਹਾਡੇ ਸਾਹਮਣੇ। ਕਿਹੜੇ ਕਿਹੜੇ ਟਾਇਰ ਹੈਗੇ ਇੱਥੇ ਤੁਹਾਡੇ ਕੋਲ? ਕਿਹੜੀ 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 ਕੰਪਨੀ ਦੇ? ਹਰ ਵਰਾਇਟੀ ਦੇ ਹੈਗੇ ਜੀ, ਸਾਰੇ ਬ੍ਰਾਂਡਸ ਹੈਗੇ ਆ। ਨਹੀਂ ਆਪਣੇ ਪੰਜਾਬੀ ਕਿਹੜੇ ਪਾਉਂਦੇ? ਜਿੱਦਾਂ ਹੁਣ ਪੰਜਾਬ ਵਾਲੇ ਵੀ ਟਾਇਰ ਕਹਿੰਦੇ ਆ ਗਏ ਇੱਥੇ, ਸਾਰਾ ਪੰਜਾਬ ਤੋਂ ਆਪਣੇ ਇੰਡੀਆ ਤੋਂ ਆਉਂਦੇ ਆ, ਦੋ ਕੁ ਬ੍ਰਾਂਡ ਆ ਨਾ। ਅੱਛਾ, ਉਹ ਜੇ ਕੇ ਦੇ ਆਉਂਦੇ ਆ ਅਤੇ ਐੱਮ ਆਰ ਐੱਫ ਦੇ ਵੀ ਆਉਂਦੇ ਆ। ਅੱਛਾ ਹਾਂਜੀ ਠੀਕ ਹੈ। ਅਤੇ ਆਪਣੀ ਡਿਵਾਈਸ ਹੁੰਦੀ ਹੈ ਜਿਹਨੇ ਪਹਿਲਾਂ ਚਲਾਇਆ। ਅੱਛਾ, ਫਰੀ ਦੇ ਕਿਹੜੀ ਕੰਪਨੀ ਦੇ ਟਾਇਰ ਮਿਲ ਜਾਂਦੇ? ਫਰੀ ਦੇ ਤੁਹਾਡੇ ਲਈ ਸਾਰਾ ਕੁਝ ਫਰੀ ਹੈ। ਅੱਛਾ, ਫਿਰ ਕਿਸੇ ਵੀ ਕੰਪਨੀ ਦਾ ਫਰੀ ਹੈ? ਥੈਂਕ ਯੂ ਜੀ, ਥੈਂਕ ਯੂ। ਵਾਹ ਜੀ ਵਾਹ, ਜੈ ਸਾਹਿਬ, ਬੰਦੇ ਬੜੇ ਵਧੀਆ ਰੱਖੇ ਤੁਸੀਂ ਸਾਰੇ। ਅਤੇ ਅੱਛਾ ਫਿਰ ਟਾਇਰਾਂ ਟੂਰਾਂ ਦੀ ਜਿਹੜੀ ਗੱਲ ਇਹ ਹੈ, ਅਤੇ ਮੈਂ ਬਾਹਰ ਹੁਣ ਕੰਮ ਕਹਿ ਦਿਓ ਬੰਦੇ ਨੂੰ, ਮੈਨੂੰ ਕੰਮ ਸਿਖਾ ਦੇਣ। ਠੀਕ ਹੈ ਜੀ, ਠੀਕ ਹੈ ਜੀ। ਅਤੇ ਸ਼ੁਰੂਆਤ ਕਿੱਥੋਂ ਕਰਨੀ? ਮੈਂ ਟਾਇਰ ਵੈਸੇ ਮੈਂ ਇੱਕ ਫਿੱਟ ਕਰਕੇ ਆਇਆ ਸੀਗਾ, ਮੈਂ ਕੋਈ ਹੋਇਆ ਨਹੀਂ, ਮੈਂ ਦੁਬਾਰਾ ਕਰੂੰਗਾ। ਚਲੋ ਠੀਕ ਹੈ, ਚਲੋ ਵਰਦੀ ਪਾ ਕੇ? ਵਰਦੀ ਨਹੀਂ, ਵਰਦੀ ਪਾ ਕੇ ਜੀ, ਵਰਦੀ ਪਾ ਕੇ ਪਹਿਲਾਂ ਬੰਦਾ ਹੋਊ ਵਰਦੀ ਪਾ ਕੇ ਟਾਇਰ ਫਿੱਟ ਕਰਦਾ ਜੀ, ਐਸੀ ਕਿਹੜੀ ਗੱਲ ਹੈ। ਅੱਛਾ, ਅਤੇ ਹਰ ਕੰਪਨੀ ਦਾ ਜਿਵੇਂ ਦੱਸਿਆ ਇਕਬਾਲ ਸਾਹਿਬ ਨੇ ਟਾਇਰ ਹੈਗੇ ਇੱਥੇ, ਜਿਹੜੀ ਮਰਜ਼ੀ ਕੰਪਨੀ ਨਾ ਵੀ ਹੋਊਗਾ ਮੰਗਵਾ ਲਵਾਂਗੇ, ਇੱਕ ਦਿਨ 'ਤੇ ਵੇਚਿਆ ਜਾਂਦਾ, ਇੱਕ ਦਿਨ 'ਚ ਮੰਗਾਉਂਦੇ ਹੋ? ਵੈਰੀ ਗੁੱਡ, ਵੈਰੀ ਗੁੱਡ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਅਤੇ ਹੁਣ ਜਿੱਦਾਂ ਕਿਸੇ ਨੇ, ਹੁਣ ਤਾਂ ਕਨੇਡਾ ਅਮਰੀਕਾ ਸਭ ਜਗ੍ਹਾ ਹੁਣ ਤੁਹਾਨੂੰ ਲੋਕ ਦੇਖਦੇ ਹੋਣਗੇ, ਤੁਹਾਡੀ ਗੱਲ ਵੀ ਸੁਣਦੇ ਹੋਣਗੇ, ਅਤੇ ਟਾਇਰ ਮਤਲਬ ਕਿੱਥੋਂ ਕੁ ਤੱਕ ਜੇ ਕਿਤੇ ਪ੍ਰੋਬਲਮ ਆ ਜਾਂਦੀ ਹੈ ਸੜਕ 'ਤੇ ਕਿਸੇ ਨੂੰ, ਉਹ ਵੀ ਕਰਦੇ ਹੋ? ਹਾਂਜੀ, ਬੰਦੇ ਹੈਗੇ ਆ, ਰੋਡ ਸਰਵਿਸ ਵਾਲੇ ਵੀ ਹੈਗੇ, ਮਤਲਬ ਤੁਹਾਨੂੰ ਫੋਨ ਕਰਦੇ ਆ ਅਤੇ ਤੁਸੀਂ ਕਰ ਦਿੰਦੇ? ਹਾਂਜੀ ਬਿਲਕੁਲ। ਠੀਕ ਹੈ ਜੀ, ਅਤੇ ਇਹ ਸਟੋਕਟਨ ਦੇ ਵਿੱਚ ਪੈ ਜਾਂਦਾ ਜਮਾਂ? ਹਾਂਜੀ ਜਮਾਂ ਸਟੋਕਟਨ ਦੇ ਵਿੱਚ ਪੈ ਜਾਂਦਾ ਜੀ। ਹਾਂਜੀ ਭਾਅ ਜੀ, ਠੀਕ ਹੈ ਜੀ। ਅੱਛਾ, ਇਹ ਤਾਂ ਉੱਦਾਂ ਹੀ ਦਰਾਜ ਹੈ ਜੀ। ਹਾਂ ਨਹੀਂ, ਚਲੋ ਚਲੋ, ਮੈਂ ਤਾਂ ਕੀ ਵੈਸੇ ਵੈਸੇ ਹੀ ਦੇਖਦਾ ਸੀਗਾ ਜੀ, ਐਵੇਂ ਗਲਤ ਨਾ ਸਮਝੋ, ਉਹੀ ਆਦਤ ਪਈ ਪੁਲਿਸ ਵਾਲਿਆਂ ਨੂੰ ਬੜੀ ਹੁੰਦੀ ਵੈਸੇ ਵੀ, ਜਿੱਥੇ ਜਾਓ ਮਾੜਾ ਧਿਆਨ ਰੱਖਣਾ ਪੈਂਦਾ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਚਲੋ, ਤੁਹਾਡੀ ਬੜੀ ਮਿਹਰਬਾਨੀ, ਇੱਕ ਤਾਂ ਮਾੜਾ ਜਿਹਾ ਮੁੰਡਿਆਂ ਨੂੰ ਕਹਿ ਦਿਓ ਬਾਹਰ ਵੀ ਮੈਨੂੰ ਟ੍ਰਿਮ ਰੂਮ ਜਿਹੜੇ ਕੋਈ ਚਾਹੀਦੇ ਹੋਏ ਤਾਂ ਉਹ ਮੈਂ ਦੇਖ ਲੈਂਦਾ। ਕਰੋ, ਕਿਹੜੇ ਚਾਹੀਦੇ ਆ? ਉਹ ਨਹੀਂ, ਜਿਹੜੇ ਚੰਗੇ ਲੱਗੇ ਲੈ ਜਾਵਾਂਗੇ ਜੀ, ਆਪਾਂ ਕਿਹੜਾ ਹੁਣ ਘਰ ਰੱਖਣੇ ਆ, ਗਾਂ ਹੀ ਵੇਚ ਦੇਣੇ। ਚਲੋ ਠੀਕ, ਕੀ ਕਹਿਣਾ ਚਾਹੁੰਦਾ ਜੀ ਸਾਡੇ ਪੰਜਾਬੀਆਂ ਨੂੰ? ਪੰਜਾਬੀਆਂ ਨੂੰ ਜੀ, ਆਓ ਸਾਡੀ ਸ਼ਾਪ ਦੇ ਉੱਤੇ ਅਤੇ ਸਾਨੂੰ ਦਿਓ ਸੇਵਾ ਦਾ ਮੌਕਾ, ਅਤੇ ਜੋ ਵੀ ਬੈਸਟ ਹੋਊਗਾ ਅਸੀਂ ਕਰਾਂਗੇ ਜੀ। ਠੀਕ ਹੈ ਜੀ, ਠੀਕ ਹੈ, ਚਲੋ ਮਿਹਰਬਾਨੀ ਜੀ। ਇਕਬਾਲ ਸਾਹਿਬ, ਇੱਕ ਮਿੰਟ ਆਇਓ ਜਿਹੜਾ ਤੁਸੀਂ, ਤੁਸੀਂ ਹੁਣ ਫੋਨ ਨਾਲ ਫੋਟੋ ਖਿੱਚਦੇ ਕੀ ਕਰ ਰਹੀ? ਮੈਨੂੰ ਦਿਖਾਓ, ਫੋਨ ਚੈੱਕ ਕਰਾਉਣਾ ਪੈਣਾ। ਨਹੀਂ ਨਹੀਂ ਨਹੀਂ, ਮੈਂ ਕੋਈ ਨਹੀਂ, ਮੈਂ ਚੈੱਕ ਕਰ ਲੈਣਾ ਥਾਣੇ ਲਿਜਾ ਕੇ ਇਹ, ਕਿਉਂਕਿ ਫੋਟੋ ਖਿੱਚ ਨਹੀਂ ਸਕਦੇ ਪੁਲਿਸ ਦੀ ਜੀ, ਇੱਦਾਂ ਕਾਨੂੰਨ ਆ ਇਹ ਅਮਰੀਕਾ ਦਾ। ਅਤੇ ਚਲੋ ਆਹ ਵੇਖੋ, ਇਹਨੇ ਗਿਫਟ ਕਹਿ ਤਾ ਨਾ, ਮੂੰਹ ਵੀ ਗਿਫਟ ਦੇ ਤਾ ਫੋਨ ਕਹਿ ਤਾ ਨਾ, ਚਲੋ ਥੈਂਕ ਯੂ, ਆਹ ਗਿਫਟ ਦੇ ਤਾ ਇਹਨੇ ਮੈਨੂੰ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ ਇਕਬਾਲ ਸਾਹਿਬ ਫੋਨ ਦੇਣ। ਓਹ ਮੈਂ ਭੁੱਲ ਗਿਆ, ਜੈ ਸਾਹਿਬ ਤੁਸੀਂ ਇੱਦਾਂ ਕਰੋ, ਮੜਿਆ ਫੋਨ ਕਰਕੇ ਕਹਿ ਦਿਓ ਵੀ ਮੈਨੂੰ ਚੰਗੀ ਤਰ੍ਹਾਂ ਕੰਮ ਸਿਖਾ ਦੇਣ ਜੀ। ਠੀਕ ਹੈ, ਲਓ ਚਾਚੇ ਨੂੰ ਹੁਣੇ ਕਰ ਦਿੰਦੇ ਆ। ਹੈਲੋ ਚਾਚਾ ਜੀ, ਆ ਪੰਜਾਬ ਪੁਲਿਸ ਵਾਲੇ ਆ ਰਹੇ ਨੇ ਅਤੇ ਇਹਨਾਂ ਨੂੰ ਕੰਮ ਚੰਗੀ ਤਰ੍ਹਾਂ ਸਿਖਾਉਣਾ, ਅਲਾਂਭਾ ਨਾ ਆਵੇ ਮੈਨੂੰ ਕੋਈ ਵੀ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਹਾਂਜੀ ਰੱਖ ਦਿੰਦਾ ਜੀ, ਠੀਕ ਹੈ। ਪਰ ਮੈਨੂੰ ਇਹ ਨਹੀਂ ਸਮਝ ਆਈ ਇਹ ਕਿਹੜਾ ਕੰਮ ਹੋਇਆ ਟਾਇਰ ਇੱਥੇ ਰੱਖਣੇ। ਚਲੋ ਕੋਈ ਗੱਲ ਨਹੀਂ, ਕੰਮ ਤਾਂ ਹੁਣ ਕਰਨਾ ਹੀ ਪੈਣਾ। ਥੈਂਕ ਯੂ ਜੀ, ਥੈਂਕ ਯੂ, ਡੋਂਟ ਵਰੀ, ਆਈ ਵਿਲ ਡੂ, ਆਈ ਵਿਲ ਪੇ, ਆਈ ਵਿਲ ਗੋ। ਇਹ ਤਾਂ ਹਿਲਦਾ ਹੀ ਨਹੀਂ ਟਾਇਰ ਰੱਖਣੇ ਕਿਤੇ। ਕਰਤੇ ਜੀ ਠੀਕ ਹੈ, ਨਹੀਂ ਮੈਂ ਰੱਖਤੇ ਜੀ, ਦੇਖੋ ਕਿੰਨੀ ਦੂਰ ਰੱਖਤੇ। ਚਲੋ ਤੁਹਾਨੂੰ ਦਿਖਾ ਦੇ, ਠੀਕ ਹੈ, ਠੀਕ ਹੈ ਜੀ, ਠੀਕ ਹੈ। ਚਲੋ ਜੀ, ਮੇਰਾ ਹਿਸਾਬ ਕਰ ਦਿਓ, ਮੇਰੇ ਕੋਲ ਮੇਰੇ ਵਾਸਤੇ ਕੰਮ ਔਖਾ। ਚਲੋ ਜੀ, ਹੋਰ ਕੰਮ ਦੇਖਦੇ ਹਾਂ। ਹਾਂਜੀ ਇੱਧਰ ਦੇਖਦੇ ਹਾਂ ਜੀ, ਹਾਂਜੀ ਹਾਂਜੀ ਸਰ ਜੀ, ਹਾਂਜੀ ਹਾਂਜੀ, ਦੱਸੋ ਕੀ ਕਰਨੇ ਹੋ? ਮੈਨੂੰ ਸਿਖਾਓ ਕੰਮ ਕਰਨਾ ਜੀ। ਹੱਥਾਂ ਲਿਓ ਜਾਣੇ, ਗਲਫ ਪਾ ਕੇ ਲੈ ਕੇ ਆਓ। ਉਹ ਹੱਥ ਸਾਡੇ ਦਿਲ ਵੀ ਕਾਲੇ ਪੁਲਿਸ ਵਾਲਿਆਂ ਦੇ, ਤੁਸੀਂ ਹੱਥਾਂ ਦੀ ਗੱਲ ਕਰਦੇ, ਕੋਈ ਨਹੀਂ ਰੱਖਣਾ। ਅੱਛਾ, ਇਹਨੂੰ ਰੱਖ ਕੇ
ਅੱਛਾ ਹਾਂ ਤੂੰ ਬੜਾ ਸੌਖਾ ਕੰਮ ਲੱਗਦਾ ਹੈ ਪਰ ਤੁਹਾਡਾ ਰਾਤ ਕਾਹਦੇ ਹੋ ਜਾਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਕਰੋ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਕਰ ਰਹੇ ਹੋ ਕਰੋ ਡੂ ਇਟ ਗੁੱਡ ਹਾਂਜੀ ਭਾਅ ਜੀ ਤੁਹਾਡਾ ਨਹੀਂ ਭਾਰਾ ਕੰਮ ਹੋਣਾ ਜਿਹੜੇ ਬਾਹਰ ਹੋ ਰਹੇ ਆ ਉਹੀ ਸੈੱਟ ਕਰਕੇ ਆਓ ਤੁਸੀਂ ਚਲੋ ਮੈਂ ਉਹ ਦੇਖਦਾ ਜੀ ਉਹ ਕਰਕੇ ਆਉਣਾ ਹੋ ਆ ਰਿਮ ਹਨੇ ਪਤਾ ਨਹੀਂ ਉੱਧਰ ਕਰਨੇ ਕਿ ਇੱਧਰ ਕਰਨੇ ਆ ਕੋਈ ਵੀ ਪਿਆ ਪਰ ਇਹ ਹੁਣ ਚਲੋ ਕੁਛ ਤਾਂ ਕਰੀਏ ਮੈਨੂੰ ਲੱਗਦਾ ਉਹ ਇੱਧਰ ਕਰਨੇ ਆ ਪਤਾ ਨਹੀਂ ਹੁਣ ਉੱਧਰੋਂ ਕਾਰ 'ਚ ਹੀ ਨਾ ਵੱਜੇ ਆਪੇ ਕਰ ਲੈਣਗੇ ਯਾਰ ਔਖਾ ਕੰਮ ਬਾਈ ਪਤਾ ਨਹੀਂ ਕਿਵੇਂ ਕਰਦੇ ਮੈਂ ਜਾ ਵਿਖਰਾ ਸਾਹ ਲੈ ਲਾ ਥੋੜ੍ਹੇ ਜਿਹਾ ਪਹਿਲਾਂ ਹੈਲੋ ਜਨਾਬ ਉਹ ਜਨਾਬ ਕਿੱਥੇ ਟਾਇਰਾਂ ਦੇ ਕੰਮ 'ਚ ਫਸਾ ਤਾ ਜੀ ਬੰਦੇ ਤਾਂ ਬਹੁਤ ਵਧੀਆ ਨੇ ਇਹ ਕੰਮ ਹੈ ਹੀ ਬੜਾ ਔਖਾ ਮੈਨੂੰ ਸਮਝ ਨਹੀਂ ਆਉਂਦੀ ਇੱਕ ਸਿੱਖਣਾ ਪੈਂਦਾ ਪਹਿਲਾਂ ਚੰਗੀ ਤਰ੍ਹਾਂ ਪੁਲਿਸ ਵਾਲੇ ਤਾਂ ਘਰੇ ਗਲਾਸ ਚੱਕ ਕੇ ਨਹੀਂ ਰੱਖਦੇ ਜੀ ਰਸੋਈ 'ਚ ਅਤੇ ਇੱਥੋਂ ਮਤਲਬ ਕੀ ਕਰਨਾ ਹੁੰਦਾ ਕੀ ਕਰਾਂ ਫਿਰ ਚਲੋ ਮੈਂ ਆ ਜਾਂਦਾ ਜੀ ਨਹੀਂ ਆਇਆ ਜਨਾਬ ਖਾਲੀ ਹੱਥ ਤਾਂ ਨਹੀਂ ਆਉਂਦਾ ਵਿਕਰ ਪਾਸ਼ਾ ਖਾਲੀ ਹੱਥ ਆਇਆ ਜੀ ਕਦੇ ਹਾਂਜੀ ਕਰਦਾ ਕੁਛ ਮੈਂ ਕਰਦਾ ਓਕੇ ਬਾਈ ਇਹ ਬੈਠੀ ਬਿੱਲੀ ਇਹਨਾਂ ਦੇਖੀ ਗੱਲਬਾਤ ਕਰਕੇ ਇਹ ਵੀ ਲੱਗਦਾ ਟੈਟੂਰ ਪਾਉਣਾ ਹੀ ਲੱਗਦੀ ਹੈ ਬਿੱਲੀ ਮਾਸੀ ਜੀ ਤੁਹਾਡੇ ਕੋਲ ਕਿਹੜੀ ਗੱਡੀ ਹੈ ਜੀ ਗੱਡੀ ਕਿਹੜੀ ਆਪਣੇ ਕੋਲ ਹੈਂਜੀ BMW ਆਪ ਡਰਾਈਵ ਕਰਦੇ ਹੋ ਬੜੀ ਚੰਗੀ ਗੱਲ ਹੈ ਜੀ ਬੜੀ ਖੁਸ਼ ਰਹੋ ਜੀ ਖੁਸ਼ ਨਹੀਂ ਨਹੀਂ ਡਰੋ ਨਾ ਮੈਂ ਕੁਛ ਨਹੀਂ ਕਹਿੰਦਾ ਲੈ ਵੀ ਬਿਕਰਾ ਇੱਕ ਰਿਮ ਤਾਂ ਐਂ ਲੱਗਦਾ ਜਿਵੇਂ ਸੋਨੇ ਦਾ ਹੁੰਦਾ ਅਤੇ ਇੱਕ ਠੀਕ ਠਾਕ ਹੈ ਚਲੋ ਕੋਈ ਹੋਇਆ ਦੇਖ ਲਾਂਗੇ ਕਿੰਨੇ ਦੇ ਵਿਕਣ ਗਈ ਆਓ ਲੈ ਬਈ ਚਲੋ ਬਈ ਚਲੋ 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 ਕਿੱਧਰੋਂ ਜਾਈਏ Hey sir, where are you going? ਆ ਲੈ ਕੇ ਚੱਲਿਆ ਜੀ ਮੈਨੂੰ ਜੈ ਭਾਜੀ ਨੇ ਕਿਹਾ ਵੀ ਲੈ ਜਾ What happened? Jai told me to take this one. No, where's your receipt? No receipt. No receipt? Haan, ask to Jai, theek, okay? Yeah, you talk to Jai. No, to you. You gotta see your receipt, my friend. You talk to. Me, you gotta see your receipt. You put the rims down. Isko pakdo. Yeah, you put the rims down. Main puch ke aunga andar. Oh, Jai bhaji. Aayo mara ja. Aayo. ਉਹ ਜੈ ਭਾਅ ਜੀ ਨੂੰ ਵੀ ਹੋ ਗਿਆ ਉਹ ਅੱਛਾ ਪਿੱਛੇ ਆ ਮੈਂ ਕਿਹਾ ਜੈ ਭਾਅ ਜੀ ਨੂੰ ਵੀ ਹੋ ਗਿਆ ਉਹ ਭਾਅ ਜੀ ਉਹ ਰੋਕ ਲਿਆ ਜੀ ਉਹਨੇ ਬੀਗੇ ਨੇ ਅਤੇ ਇੱਕ ਦੋ ਲੈ ਕੇ ਚੱਲਿਆ ਸੀ ਮਾੜਾ ਉਹਨੂੰ ਕਹਿ ਦਿਓ ਕੋਈ ਨਹੀਂ ਚਲੋ ਹਾਂਜੀ 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 ਆਓ ਜਰਾ ਉਹ ਕਹਿੰਦਾ ਰਸੀਦ ਦਿਖਾ ਮੈਂ ਕਿਹਾ ਰਸੀਦ ਪੁਲਿਸ ਵਾਲਿਆਂ ਨੂੰ ਕਿਹੜੀ ਭਾਲਦਾ ਭਰਾਵਾ ਹਾਂ ਲਿਚ ਕਹਾ ਹੁਣ ਇਹਨੂੰ ਕਹੋ ਜੀ ਗੱਡੀ ਚ ਰੱਖ ਕੇ ਆਵੇ ਹੁਣ ਇਹਨੂੰ ਸਜ਼ਾ ਦਿਓ ਥੈਂਕ ਯੂ ਲਓ ਜੀ ਚੱਲੀਏ ਗਾਰ ਐਂ ਫਿਰ ਪੁਲਿਸ ਵਾਲਿਆਂ ਨੇ ਪੰਗਾ ਲਿਆ ਤਾਂ ਐਂ ਪੈ ਹੁੰਦੀ ਫਿਰ